ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਧੰਨਵਾਦ ਪ੍ਰੋਫੈਸਰ ਸਾਹਿਬ ਗੱਲ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਤੋਂ ਸ਼ੁਰੂ ਹੁੰਦੀ ਹੈ ਕੀਕਤਾ ਜਿਸ ਤਰੀਕੇ ਦੇ ਫੈਸਲੇ ਲੈ ਰਹੇ ਨੇ ਜਾਂ ਲੈਂਦੇ ਨੇ ਪੈਰ ਉਖੜੇ ਉਖੜੇ ਜੇ ਨਜ਼ਰ ਆਉਂਦੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੁਣ ਤੱਕ ਦੇ 4 1/2 ਮਹੀਨਿਆਂ ਦੇ ਵਿੱਚ ਉਧਰਲੇ ਪਾਸੇ ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ ਵਿਜੇ ਸਿੰਘਲਾ ਹੁਣ ਜੇ ਕੋਈ ਕਹੇ ਕਿ ਇਹ ਕੋਈ ਪੰਜਾਬ ਦਾ ਮੁੱਦਾ ਨਹੀਂ ਪਰ ਪੰਜਾਬ ਦਾ ਮੁੱਦਾ ਬਣਦਾ ਇਸ ਕਰਕੇ ਬਣਦਾ ਕਿਉਂਕਿ ਗੱਲ ਇਮਾਨਦਾਰੀ ਦੀ ਜਦੋਂ ਹੁੰਦੀ ਹੈ 0% ਟੋਲਰੈਂਸ ਦੀ ਹੁੰਦੀ ਹੈ ਤਾਂ ਫਿਰ ਸਵਾਲ ਪੁੱਛਿਆ ਜਾਂਦਾ ਕਿ ਵਿਜੇ ਸਿੰਘਲਾ ਸਾਹਿਬ ਕਿਸ ਢੰਗ ਦੇ ਨਾਲ ਸਿਵਲ ਸਕੱਤਰੇ ਦੇ ਵਿੱਚ ਸਰਕਾਰੀ ਮੀਟਿੰਗਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਪੂਰੇ ਐਕਟਿਵ ਨਜ਼ਰ ਆ ਰਹੇ ਨੇ ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੇਰੇ ਸਾਹਮਣੇ ਮੰਨੇ ਨੇ ਇਹ ਫਿਰ ਪਾਰਟੀ ਉਹਨਾਂ ਉੱਤੇ ਐਕਸ਼ਨ ਕਿਉਂ ਨਹੀਂ ਲੈਂਦੀ ਵਿਰੋਧੀ ਵੀ ਸਵਾਲ ਪੁੱਛ ਰਹੇ ਨੇ ਕਿ ਦੱਸਿਆ ਜਾਵੇ ਕਿ ਹੁਣ ਇਮਾਨਦਾਰ ਮੰਨਿਆ ਜਾਵੇ ਉਹਨਾਂ ਨੂੰ ਜਾਂ ਭ੍ਰਿਸ਼ਟ ਮੰਨਿਆ ਜਾਵੇ ਜਾਂ ਫਿਰ ਇਹ ਮੰਨਿਆ ਜਾਵੇ ਕਿ ਸੰਗਰੂਰ ਚੋਣਾਂ ਤੋਂ ਪਹਿਲਾਂ ਵਿਜੇ ਸਿੰਘਲਾ ਦੀ ਬਲੀ ਲਈ ਗਈ ਸੀ ਜਾ ਕੋਈ ਅੰਦਰ ਖਾਤੇ ਸੈਟਿੰਗ ਸੀ ਕਿ ਲੋਕਾਂ ਚ ਭਲ ਬਣਾਈ ਦੇਵੇ ਸੁਖਵਿੰਦਰ ਇਹ ਸਵਾਲ ਅਸਲ ਮੈਨ ਹੈ ਜਿੱਤੇ ਅਸਲੀ ਜਵਾਬ ਤੇ ਜਾਂ ਕੇਜ ਦੀਵਾਲ ਦੇ ਸਕਦਾ ਤਿੰਨ ਸੈਂਟਰ ਆ ਨਾ ਇੱਕ ਜਾਂ ਰघव ਚੱਡਾ ਦੇ ਸਕਦਾ ਜਾਂ ਭਗਵੰਤ ਮਾਨ ਦੇ ਸਕਦਾ ਇਹ ਤਿੰਨ ਬੰਦੇ ਇਹਦੇ ਅਪਰੋਪਰੀਏਟ ਬੰਦੇ ਹੈਗੇ ਆ ਜਿਹੜਾ ਇਹਦਾ ਸਹੀ ਸਹੀ ਜਵਾਬ ਦੇ ਸਕਦੇ ਆ ਪਰ ਕਿਉਂਕਿ ਸਾਡੀ ਰਾਜਨੀਤੀ ਇਹ ਤਿੰਨੇ ਰਾਜਨੀਤਿਕ ਲੋਕ ਆ ਤੇ ਰਾਜਨੀਤੀ ਬਾਰੇ ਜਿਹੜੀ ਲੋਕਾਂ ਦੀ ਬੇਪਰੋਸਗੀ ਬੇਵਿਸ਼ਵਾਸੀ ਜੇ ਜਿੰਨਾ ਉਹਨਾਂ ਨੂੰ ਗਪੌੜ ਸੰਖ ਸਮਝਦੇ ਆ ਇਸ ਲਈ ਉਹ ਤੇ ਕਦੀ ਵੀ ਤੁਹਾਨੂੰ ਸੱਚ ਦੱਸਣਗੇ ਨਹੀਂ ਇਹਦਾ ਮਤਲਬ ਹੈ ਸਾਨੂੰ ਅੰਦਾਜ਼ੇ ਹੀ ਲਾਉਣੇ ਪੈਣਗੇ ਤੇ ਇਹਦੇ ਚ ਕੋਈ ਦੂਰ رائے ਨਹੀਂ ਹੈ ਤੁਹਾਡੀ ਇਸ ਕਮੈਂਟ ਦੇ ਵਿੱਚ ਕਿ ਕੇਜਰੀਵਾਲ ਕਿਸੇ ਨਾਲੋਂ ਘੱਟ ਨਹੀਂ ਹੈ ਬਾਕੀਆਂ ਨਾਲ ਕਿਵੇਂ ਪੱਤਾ ਸੁੱਟਣਾ ਕਿਵੇਂ ਕਿਸੇ ਇਸ਼ੂ ਨੂੰ ਅੱਗੇ ਲੈ ਕੇ ਉਸ ਦਾ ਸਿਆਸੀਕਰਨ ਕਰਕੇ ਚੋਣਾਂ ਦੇ ਵਿੱਚ ਕਿਹ ਹਲਾ ਲੈਣਾ ਉਹ ਹੀਰਾ ਖਿਆਲ ਆ ਕਿ ਮੋਦੀ ਨਾਲੋਂ ਜਾਂ ਹੋਰ ਵੀ ਕੋਈ ਇਹੋ ਜਿਹੇ ਜਿਹੜੇ ਸਮਾਰਟ ਬੰਦੇ ਮੰਨੇ ਜਾਂਦੇ ਉਹਨਾਂ ਨਾਲ ਦੂਰ ਨਾ ਅੱਗੇ ਹੀ ਆ ਪਿੱਛੇ ਨਹੀਂ ਹੈਗੇ ਇਹਦੇ ਵਿੱਚ ਕੁਝ ਪ੍ਰਾਣੀਆਂ ਮੇਰੇ ਕੋਲ ਉਹਨਾਂ ਦੀ ਜਦੋਂ ਅਸੀਂ ਮੈਂ ਸਾਲ ਇਹ ਕਿੰਨੇ ਦੇ ਸ਼ੁਰੂ-ਸ਼ੁਰੂ 'ਚ 2014 'ਚ ਰਿਹਾ ਸੀ ਨਾਲ ਕੁਝ ਗੱਲਾਂ ਵੀ ਜਿੱਥੋਂ ਅੰਦਾਜ਼ਾ ਮੈਨੂੰ ਲੱਗਦਾ ਵੀ ਇਹ ਪੂਰੀ ਉਸ ਕਿਸਮ ਦੀ ਗੱਲ ਹੋ ਵੀ ਸਕਦੀ ਹੈ ਕੇਕ ਬੰਦੇ ਦੀ ਬਲੀ ਦਾ ਬੱਕਰਾ ਬਣਾ ਕੇ ਤੁਸੀਂ ਇੱਕ ਭਲ ਖੱਟ ਲੋ ਚੋਣ ਲੜ ਲੋ ਉਦੋਂ ਬਾਅਦ ਫਿਰ ਦੇਖੀ ਜਾਊਗੀ ਉਹਨੂੰ ਪਤਿਆ ਲਾਂਗੇ ਯਾਰ ਤੇਰਾ ਖੜਾ ਕਿਤੇ ਕੀ ਹੋ ਗਿਆ ਡਿੱਗ ਪਿਆ ਤੇ ਫਿਰ ਉੱਠ ਪਿਆ ਇਹਦੇ ਚ ਕੀ ਹੈ ਜੇ ਜਿਆਦਾ ਕੱਪੜੇ ਲਿਬੜ ਗਏ ਘੱਟੇ ਦੇ ਵਿੱਚ ਜਾ ਕੇ ਤੈਨੂੰ ਇੱਕ ਫ੍ਰੀ ਮਸ਼ੀਨ ਦੇ ਦਿੰਨੇ ਆ ਕੱਪੜੇ ਧੋਣ ਲਈ ਫਿਰ ਤੂੰ ਚਿੱਟੇ ਦਾ ਚਿੱਟਾ ਕੋਈ ਗੱਲ ਨਹੀਂ ਹੈਗੀ ਏ ਨਾ ਕਿਤੇ ਕੁਰਬਾਨੀ ਸਮਝ ਲਾ ਤੂੰ ਆਪਣੇ ਸਿੰਘਲੇ ਨੂੰ ਕਹਿ ਤਣਾ ਨਾ ਪਾਰਟੀ ਦੀ ਕੁਰਬਾਨੀ ਵੀ ਤਾਂ ਕਰਨੀ ਪੈਂਦੀ ਏ ਤੂੰ ਕੁਰਬਾਨੀ ਤੇਰੀ ਸਮਝ ਲੈ ਇਹਦੇ ਚ ਕਿਹੜੀ ਗੱਲ ਇਹੋ ਜੀਆਂ ਗੱਲਾਂ ਏ ਕਰ ਸਕਦੇ ਯਾਰ ਹਾਂ ਇਹ ਗੱਲ ਜ਼ਰੂਰ ਏ ਵੀ ਤੁਸੀਂ ਦੋ ਗੱਲਾਂ ਇੱਕੋ ਟਾਈਮ ਤੇ ਨਹੀਂ ਕਰ ਸਕਦੇ ਭਗਵਾਨਤ ਮਾਨ ਹੁਣੀ ਕਹਿਣ ਮੈਂ ਤੇ ਉਹਨੂੰ ਤੁਰੰਤ ਬੁਲਾਇਆ ਆਪਣੇ ਦਫ਼ਤਰ ਚ ਪੁੱਛਿਆ ਵਿਜੇ ਸਿੰਘ ਨੇ ਕਿਹਾ ਹਾਂ ਮੈਂ ਚੋ ਰਿਆ ਕਹਿੰਦੇ ਫਿਰ ਚੋ ਰਿਆ ਤੇ ਤਿਆਰ ਹੋ ਜਾ ਫਿਰ ਉਹ ਦਿੱਤੇ ਐਸੀ ਉਸਨੂੰ ਬਾਹਰ ਦਾ ਰਸਤਾ ਦਿਖਾ ਜਦੋਂ ਬਾਹਰ ਦਾ ਰਸਤਾ ਦਿਖਾਤਾ ਜਦੋਂ ਤੁਹਾਡੀਆਂ ਅੱਖਾਂ 'ਚ ਚੋਰੀਆ ਤੁਹਾਡੇ ਕੋਲ ਮੰਨ ਕੇ ਚਲਾ ਗਿਆ ਕੇਸ ਹੋ ਗਿਆ ਕੇਸ 'ਚ ਉਹ ਬਾਹਰ ਜਮਾਨਤ ਆ ਗਿਆ ਫਿਰ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਆਪਣੀ ਸਰਕਾਰ ਤੇ ਤੇ ਘੱਟੋ ਘੱਟ ਨਾ ਕਰੇ ਹੋਰ ਜਿੱਥੇ ਮਰਜੀ ਜਾਵੇ ਕਿਉਂਕਿ ਉਹ ਕਾਨੂੰਨਨ ਤੌਰ ਤੇ ਤੁਸੀਂ ਉਹਨੂੰ ਇਹ ਥੋੜੀ ਕਿ ਨਜ਼ਰ ਬੰਦ ਕਰ ਦੋਗੇ ਹੁਣ ਜੇ ਜੇਲ੍ਹ 'ਚੋਂ ਬਾਹਰ ਆਇਆ ਜਾਂ ਕੋਈ ਸੇ ਇਨਕੁਆਇਰੀ ਜੋ ਬਾਹਰ ਆਇਆ ਤਾਂ ਤੁਸੀਂ ਘਰ ਵੀ ਨਹੀਂ ਉਹਨੂੰ ਬੈਠਣ ਘਰੇ ਉਹਨੂੰ ਬੰਦ ਕਰ ਦੋਗੇ ਜਿੰਨੀ ਹੋ ਸਕਦਾ ਉਹ ਤੇ ਕਿਸਾਨ ਲੀਡਰ ਕਰ ਸਕਦੇ ਜਿਨ੍ਹਾਂ ਨੇ ਭਾਜਪੀ ਨੂੰ ਘਰਾਂ ਚ ਬੰਦ ਕੀਤਾ ਸੀ ਉਹਨਾਂ ਦਿਨਾਂ ਚ ਜਦੋਂ ਵੱਡੀ ਮੂਵਮੈਂਟ ਚੱਲ ਰਹੀ ਸੀ ਆਮ ਆਦਮੀ ਪਾਰਟੀ ਨੂੰ ਕੋਈ ਇਹੋ ਜਿਹਾ ਐਸ ਪਾਰਟੀ ਅਧਿਕਾਰ ਨਹੀਂ ਪਰ ਇਹ ਗੱਲ ਤੇ ਜ਼ਰੂਰੀ ਸਵਾਲ ਬਣਦਾ ਆ ਕਿ ਹੁਣ ਦੱਸੋ ਸੱਚ ਕੀ ਮੰਨੀਏ ਜਿਹੜਾ ਤੁਹਾਡਾ ਸਵਾਲ ਆ ਇੱਕ ਚਿੱਠੀ ਕੱਢ ਦਿਓ ਉਹਨਾਂ ਨੂੰ ਨਿੱਕੀ ਜੀ ਕਿ ਸਾਨੂੰ ਖਬਰ ਦੇਣ ਚ ਬੜੀ ਦਿੱਕਤ ਆ ਰਹੀ ਹੈ ਇਹ ਭਗਵਾਨ ਤਮਨ ਜੀ ਆਨਰੇਬਲ ਚੀਫ ਮਿਨਿਸਟਰ ਸਾਹਿਬ ਸਾਨੂੰ ਦੱਸੋ ਕਿ ਤੁਹਾਡੀਆਂ ਪਹਿਲੀਆਂ ਗੱਲਾਂ ਨੂੰ ਸੱਚ ਮੰਨਿਆ ਜਾਏ ਜਾਂ ਹੋਣ ਵਾਲੀਆਂ ਨੂੰ ਮੰਨਿਆ ਜਾਏ ਇਹ ਦੋਵੇਂ ਗੱਲਾਂ ਜਦੋਂ ਲੋਕਾਂ 'ਚ ਜਾ ਰਹੀਆਂ ਲੋਕ ਬੜੇ ਭੰਬਲ ਪੂਸੇ 'ਚ ਫਸੇ ਹੋਏ ਆ ਕਿ ਇਹ ਆਮ ਆਦਮੀ ਪਾਰਟੀ ਆ ਕਿ ਖਾਸ ਆਦਮੀ ਪਾਰਟੀ ਆ ਇਹ ਇਹ ਪ੍ਰਚਾਰ ਦੇ ਵਿਰੁੱਧ ਪਾਰਟੀ ਆ ਕਿ ਪ੍ਰਚਾਰ ਦੇ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਕਿਸਮ ਦੇ ਥੱਲੇ ਪੰਬਲ ਪੂਸੇ ਦੂਰ ਕਰਨ ਲਈ ਕਿਰਪਾ ਕਰਕੇ ਤੁਸੀਂ ਮੀਡੀਆ ਦੇ ਵਿੱਚ ਆਪਣਾ ਵੀਡੀਓ ਦਾ ਬਿਆਨ ਛੱਡ ਕੇ ਲੋਕਾਂ ਨੂੰ ਇਹਦੇ ਤੇ ਥੋੜਾ ਜਿਹਾ ਜਾਗਰੂਕ ਕਰੋ ਔਰ ਲੋਕਾਂ ਨੂੰ ਇਹਦੇ ਤੇ ਚਾਨਣਾ ਪਾਓ ਹੁਣ ਦੇਖਦੇ ਆਂ ਆਪਾਂ ਤੇ ਇਹ ਕਰ ਸਕਦੇ ਹਾਂ ਜੀ ਪ੍ਰੋਫੈਸਰ ਜੀ ਇਹ ਮੈਨੂੰ ਇਦਾਂ ਲੱਗਦਾ ਹੈ ਮੇਰੇ ਧਿਆਨ ਚ ਆਇਆ ਕਿ ਮਾਮਲਾ ਉਵੇਂ ਦਾ ਹੀ ਹੈ ਜਿਵੇਂ ਸਾਬਕਾ ਕਾਲੀ ਮੰਤਰੀ ਸੁੱਚਾ ਸਿੰਘ ਲੰਗਾਧਾ ਸੀ ਅਦਾਲਤ ਚ ਕੇਸ ਚੱਲਿਆ ਮੁੜ ਕੇ ਜੋ ਬਣਿਆ ਉਹ ਅੱਜ ਤੱਕ ਜਿਹੜੇ ਉਹ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਦੇ ਨੇ ਕਿ ਮੈਨੂੰ ਵਾਪਸੀ ਕਰਾ ਲਓ ਮੇਰੀ ਪਦ ਦੇ ਵਿੱਚ ਸਿਆਸੀ ਤੌਰ ਤੇ ਐਕਟਿਵ ਹੋਣਾ ਚਾਹੁੰਦੇ ਨੇ ਤੇ ਪਰ ਲੋਕਾਂ ਦੀ ਨਜ਼ਰਾਂ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਕਿ ਹਾਂ ਮੇਰੇ ਤੋਂ ਗੁਨਾਹ ਹੋਇਆ ਅਸ਼ਲੀਲ ਜਿਹੜੀ ਵੀਡੀਓ ਬਣੀ ਸੀ ਉਹਨੂੰ ਲੈ ਕੇ ਉਹ ਮੰਨ ਵੀ ਗਏ ਨੇ ਉਹ ਕਹਿੰਦੇ ਕਿ ਮੇਰੇ ਪਰਿਵਾਰ ਦੀ ਸੁਣੋ ਤੁਸੀਂ ਮੇਰਾ ਪਰਿਵਾਰ ਕਹਿੰਦਾ ਕਿ ਹੁਣ ਮੇਰੇ ਮਾਪਿਓ ਜਿਹੜੇ ਨੇ ਬਹੁਤ ਪਰੇਸ਼ਾਨ ਨੇ ਇਹ ਇਹੀ ਐਦਾਂ ਲੱਗਦਾ ਕਿ ਸਿੰਘਲਾ ਸਾਹਿਬ ਦਾ ਵੀ ਮੈਟਰ ਉਹ ਜਿਹਾ ਹੀ ਹੈ ਕੁਝ ਕਿ ਉਹ ਮੰਨਦੇ ਵੀ ਨਹੀਂ ਤੇ ਨਹੀਂ ਵੀ ਮੰਨਦੇ ਨਹੀਂ ਨਹੀਂ ਉਹ ਦੋ ਗੱਲਾਂ ਬਿਲਕੁਲ ਅਲੱਗ ਆ ਸਕਿੰਦਰ ਠੀਕ ਹੈ ਤੁਸੀਂ ਇਸ ਨੂੰ ਜੋੜ ਦਿੱਤਾ ਕਿਸੇ ਨਾ ਕਿਸੇ ਤਰੀਕੇ ਨਾਲ ਪਰ ਉਹ ਮਾਮਲਾ ਇਹ ਸੀ ਕਿ ਲੰਗਾ ਇੱਕ ਤਖੜਾ ਲੀਡਰ ਹੈਗਾ ਉਹਨੇ ਗਵਾ ਗਵੂ ਜੋ ਵੀ ਗੱਲ ਸੀਗੀ ਕਾਰ ਕਰਾ ਕੇ ਉਹਨਾਂ ਨੇ ਜਿਤਨਾ ਆਊਟ ਆਫ ਕੋਰਟ ਉਹਨਾਂ ਨੂੰ ਗੱਲ ਕਰਿਆ ਕਿ ਕਾਨੂੰ ਖੇੜਾਈ ਜਾਂਦੇ ਆ ਜਿਹੜੀ ਗੱਲ ਹੈ ਉਹ ਅਸਲੀ ਗੱਲ ਕਰੋ ਉਹ ਗੱਲ ਹੋ ਗਈ ਬੰਦ ਤੇ ਲਗਾ ਹੁਣੀ ਦੇ ਉੱਤੇ ਕੋਈ ਉਹ ਗੱਲ ਚੱਲੀ ਨਹੀਂ ਗਾਂ ਤੁਰੀ ਨਹੀਂ ਉਹਨੇ ਕਹਿਤਾ ਕਿ ਜਦ ਮੈਂ ਹੁਣ ਬਰੀ ਆ ਤੇ ਮੈਨੂੰ ਹੁਣ ਤੁਸੀਂ ਬਰੀ ਕਰ ਦੋ ਉੱਥੇ ਚੱਕਰੇ ਆ ਕਿ ਪਾਰਟੀ ਉਹਨਾਂ ਨੂੰ ਐਡੇ ਵੱਡੇ ਲੀਡਰ ਨੂੰ ਉਹ ਬੜੇ ਦਬ ਦਬਾ ਵਾਲਾ ਲੀਡਰ ਹੈ ਤੁਹਾਨੂੰ ਪਤਾ ਉਹ ਖੜਕੂਆ ਦੇ ਦੌਰਾਨ ਆਇਆ ਸੀ ਤੇ ਜੇ ਇਹਨੂੰ ਅੰਦਰ ਵਾੜ ਲਿਆ ਜ਼ਖਮੀ ਸ਼ੇਰ ਫਿਰ ਆ ਕੇ ਕਿਤੇ ਹੋਰ ਚਾਰ ਬੰਦਿਆਂ ਨੂੰ ਨਾ ਜ਼ਖਮੀ ਕਰਦੇ ਇਹ ਗੱਲ ਦਾ ਢੜ ਵੀ ਸੱਤਾ ਦੇ ਵਿੱਚ ਕੰਟਰੋਲ ਕਿਵੇਂ ਰੱਖਣਾ ਕਿਵੇਂ ਕੱਢੇ ਸੀਗੇ ਸਾਰੇ ਪ੍ਰਸ਼ਾਦ ਪੂਛਰ ਜਗਿੰਦਰ ਯਾਦ ਉਹ ਹੋਰ ਵੱਡੇ ਵੱਡੇ ਬੰਦੇ ਸਾਰੇ ਮੇਦਾ ਪਾੜ ਕਰ ਕਈ ਬੰਦੇ ਕੱਢ ਤੇ ਕੇਜਰੀਵਾਲ ਨੇ ਕੱਢ ਘਾ ਦੇ ਲਈ ਦਿੱਤੇ ਛੋਟੇ ਪਰ ਵੀ ਕੱਢਿਆ ਇਸੇ ਕਰਕੇ ਕੱਢੇ ਨਾ ਕਿ ਉਹ ਕੱਲ ਨੂੰ ਪੈਰਲਲ ਬਰਾਬਰ ਦੀ ਸੁਖਪਾਲ ਖਹਿਰਾ ਵੀ ਕਿ ਬਰਾਬਰ ਦੀ ਇੱਕ ਸ਼ਕਤੀ ਬਣ ਜਾਣਗੇ ਤੇ ਫਿਰ ਕੇਜਰੀ ਵਾਲ ਡੰਡੇ ਵਜਾਊਗਾ ਜਿਹਨੇ ਬੂਟਾ ਲਾਇਆ ਉਹ ਕਹਿੰਦਾ ਮੈਂ ਹੀ ਫਲ ਖਾਣੇ ਤੁਹਾਨੂੰ ਤੇ ਮੈਂ ਕਿਸੇ ਨੂੰ ਲਾਗੇ ਨਹੀਂ ਲੱਗਣ ਦੇਣਾ ਉਹ ਕੰਡਿਆਂ ਵਾਲੀ ਬਾੜ ਬੂਟੇ ਨੂੰ ਅੰਬ ਦੇ ਨੂੰ ਲਾ ਕੇ ਬੈਠਾ ਹੋਇਆ ਕਿਸੇ ਨੂੰ ਨਹੀਂ ਵੜਨ ਦਿੰਦਾ ਉੱਥੇ ਉਹ ਉਹ ਗੱਲ ala ਇਹੀ ਇਹੀ ਗੱਲ ਕੇਜਰੀ ਵਾਲ ਵੀ ਸੋਚਦਾ ਆ ਪਰ ਇੱਥੇ ਇੱਕ ਹੋਰ ਤਮਾਸ਼ਾ ਆ ਵੀ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਸੀ ਵੀ ਬੱਕਰੀ ਉਹ ਬਲੀ ਦਾ ਬੱਕਰਾ ਬਣਾ ਦਿਓ ਜਾਂ ਬੱਕਰੀ ਬਣਾ ਦਿਓ ਤਾਂ ਉਥੇ ਫਿਰ ਲਾਹਾ ਲੈ ਕੇ ਫਿਰ ਉਹਨੂੰ ਪਤਿਆ ਲਾਂਗੇ ਉਥੇ ਗੱਲ ਜਿਹੜੀ ਆ ਦੂਸਰੀ ਕਿਸਮ ਦੀ ਹੈ ਇੱਕ ਡਰ ਹੈਗਾ ਆ ਕਿ ਜੇ ਅੰਦਰ ਆ ਗਿਆ ਦੁਬਾਰਾ ਸ਼ੇਰ ਹੁਣ ਤੇ ਆਊਗਾ ਮੇਮਣਾ ਬਣ ਕੇ ਵੀ ਮੇਰੇ ਵਰਗਾ ਗਊ ਕੋਈ ਨਹੀਂ ਮੈਂ ਬਹੁਤ ਐ ਮਤਲਬ ਸਾਊ ਹੋ ਗਿਆ ਸਿਆਣਾ ਹੋ ਗਿਆ ਫਿਰ ਜਿੱਦਣ ਅੰਦਰ ਵੜ ਗਿਆ ਕੀਤੀ ਲੱਗ ਗਈ ਫਿਰ ਜਿਉ ਨੇ ਇੱਕ ਵਾਰੀ ਦਹਾੜ ਮਾਰੀ ਤਾਂ ਫਿਰ ਔਖਾ ਹੋ ਜੂ ਉਸ ਗੱਲ ਤੋਂ ਵੀ ਥੋੜਾ ਨਹੀਂ 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 ਇਹ ਸਾਨੂੰ ਮਨਜ਼ੂਰ ਨਹੀਂ ਸਾਨੂੰ ਮਨਜ਼ੂਰ ਨਹੀਂ ਜਦੋਂ ਲੋਕਾਂ ਚ ਕਰੀ ਚਲਾ ਗਿਆ ਸਾਰਾ ਚਲਾ ਗਿਆ ਐਸਜੀਪੀਸੀ ਤੋਂ ਵੀ ਬਾਹਰ ਕਰਤਾ ਸਿੱਖੀ ਦੇ ਸਾਰੇ ਜਿਹੜੇ ਸਟੈਂਡਰਡ ਆ ਮਿਆਰ ਆ ਉਹਨਾਂ ਤੋਂ ਗਿਰ ਗਿਆ ਬੰਦਾ ਹੁਣ ਨਹੀਂ ਅਸੀਂ ਕੜਾਵੇ ਚ ਲੈ ਸਕਦੇ ਤੇ ਇਸ ਤਰ੍ਹਾਂ ਚੱਲੂ ਉੱਥੇ ਹੋਰ ਕਿਸਮ ਦੇ ਆਰਗੂਮੈਂਟ ਹੈ ਹਾਂਜੀ ਜੇ ਤੋ ਤੱਕ ਗੱਲ ਆਮ ਆਦਮੀ ਪਾਰਟੀ ਦੇ ਅੰਦਰ ਦੀ ਹੈ ਤੁਸੀਂ ਰਾਜ ਸਭਾ ਮੈਂਬਰ ਸੀਚੇਵਾਲ ਸਾਹਿਬ ਨੂੰ ਸੁਣਿਆ ਹੋਣਾ ਉਹ ਕਹਿੰਦੇ ਮੈਂ ਇਸ ਗੱਲ ਨੂੰ ਲੈ ਕੇ ਦੁਚਿੱਤੀ ਜਾ ਕਿ ਮੈਂ ਆਪਣੀ ਮੰਨ ਦੀ ਸੁਣਾ ਕਿ ਮੈਂ ਆਪਣੀ ਪਾਰਟੀ ਦੀ ਸੁਣਾ ਇਹ ਦੁਚਿੱਤੀ ਤੇ ਰਹਿਣੀ ਆ ਜੇ ਤੇ ਤੁਸੀਂ ਰਾਜਨੀਤੀ 'ਚ ਜਾਣਾ ਰਾਜ ਸਭਾ 'ਚ ਜਾਣਾ ਤਾਂ ਫਿਰ ਮੰਨ ਨੂੰ ਤੇ ਉੱਥੇ ਹੀ ਸੀਚੇਵਾਲੀ ਪਿੰਡ ਹੀ ਛੱਡ ਜਾ ਕਰੋ ਆਏ ਕਿੱਕਰ ਤੇ ਟਾਂਕੇ ਬੰਨ ਕੇ ਚਲੇ ਜਾਇਆ ਕਰੋ ਵੀ ਇੱਥੇ ਹੀ ਮੁੜ ਕੇ ਆ ਕੇ ਲੈ ਜਾऊंगा ਇਹ ਮਨ ਕਿੱਥੇ ਹੁੰਦਾ ਪੋਲਿਟਿਕਸ ਦੇ ਵਿੱਚ ਪੋਲਿਟਿਕਸ ਦੇ ਵਿੱਚ ਜੋ ਲੀਡਰ ਕਹਿੰਦਾ ਕਹਿੰਦਾ ਉਹਦਾ ਧੂਤਾ ਬਣ ਕੇ ਕੰਮ ਕਰਨਾ ਪੈਣਾ ਤੇ ਜੇ ਸੀਚੇਵਾਲ ਹੁਣ ਇਸ ਕਰਕੇ ਗਏ ਆ ਕਿ ਜੋ ਮੈਂ ਕਰ ਰਿਹਾ ਉਥੇ ਮੈਂ ਉਸ ਨੂੰ ਹੋਰ ਵੱਡਾ ਮੈਗਨੀਫਾਈ ਧੂਤਾ ਲਾ ਕੇ ਦੇਸ਼ ਦੇ ਵਿੱਚੋਂ ਵਿਦੇਸ਼ਾਂ ਤੱਕ ਆਪਣੀ ਜਿਹੜੀ ਸੁਨੇਹਾ ਦਊਗਾ ਭਾਈ ਇਹਨੂੰ ਭੁੱਲ ਜਾਓ ਉਥੇ ਤੇ ਤੁਸੀਂ ਇਹ ਕਹਿਣਾ ਜਾ ਕੇ ਕਿ ਕੇਜਰੀਵਾਲ ساری ਉਮਰ ਬਾਤਾ ਵਰਨ ਦਾ ਇੰਨਾ ਜਿਆਦਾ ਪ੍ਰੇਮੀਆਂ ਕਿ ਰੋਜ਼ 10 ਬੂਟੇ ਲਾਇਆ ਬਗੈਰ ਰੋਟੀ ਨਹੀਂ ਖਾਂਦਾ 5 ਬੂਟਿਆਂ ਨੂੰ ਪਾਣੀ ਪਾਇਆ ਬਗੈਰ ਗਰਮੀਆਂ ਚ ਜਦੋਂ ਜੂਨ ਮਈ ਅੱਜ ਕੱਲ ਤੇ ਪਾਣੀ ਰੱਬ ਪਾਈ ਜਾਂਦਾ ਅੱਜ ਕੱਲ ਨਹੀਂ ਪਉਂਦਾ ਕੇਜਰੀਵਾਲ ਪਾਣੀ ਉਹ ਕੋਈ ਮੰਨੂਗਾ ਨਹੀਂ ਹੱਸੂਗੇ ਪਾਣੀ ਬੂਟੇ ਦੇ ਵੇਹੇ ਪਾਣੀ ਚ ਡੁੱਬੇ ਆ ਕਿ ਜਦੋਂ ਬਿਲਕੁਲ ਨਹੀਂ ਹੁੰਦਾ ਉਦੋਂ ਉਹ ਬਾਲਟੀਆਂ ਪਰ ਪਰ ਮੈਂ ਆਪ ਪਾਣੀ ਪਾਉਂਦਾ ਵੇਖਿਆ ਇਹ ਜੇ ਤੁਸੀਂ ਕਰਨੀ ਆਪਣੀ ਐਨਜੀਓ ਦੀ ਗੱਲ ਉਥੇ ਆਪਣੀ ਕਿਸਮ ਦੀ ਜੋ ਤੁਹਾਡੀ ਸੋਚ ਆ ਫਿਰ ਤੁਹਾਡੇ ਦਿਨ ਔਖੇ ਤੇ ਚਿੱਤੀ ਬਣੀ ਰਹਿਣੀ ਆ ਅਜੇ ਨਵਾਂ ਨਵਾਂ ਕੰਮ ਆ ਸੋਚ ਲਓ ਵੀ ਫੈਸਲਾ ਕਿੱਧਰ ਨੂੰ ਕਰਨਾ ਜੇ ਪਾਰਟੀ ਜਿਹੜਾ ਜਿਹੜਾ ਤੁਹਾਨੂੰ ਕੁਝ ਦੇਊਗਾ ਉਹ ਨਚਾਊਗਾ ਵੀ ਤੇ ਕੀ ਆਪਾਂ ਥਾਲ ਕੱਢਣਾ ਆ ਨੱਚਣਾ ਆ ਜਾਂ ਕੋਈ ਵਿਚ ਵਿਚਾਲਾ ਜਾਂ ਰਸਤਾ ਅਧੀਆਂ ਕੁ ਗੱਲਾਂ ਲੀਡਰਾਂ ਦੀਆਂ ਵੀ ਕਰ ਲਈਆਂ ਅਧੀਆਂ ਕੁ ਵਿੱਚ ਕੈਪਸੂਲ ਦੇ ਵਿੱਚੇ ਜੋੜ ਜਾੜ ਕੇ ਆਪਣੀਆਂ ਵੀ ਕਰ ਲਈਆਂ ਵੈਸੇ ਵਿਚਲਾ ਵਿਚਾਲਾ ਰਾਹ ਸੀਚੇਵਾਲ ਹੁਣ ਲਈ ਇਹੀ ਹੈ ਕਿ ਜਿੱਥੇ ਲੱਗੇ ਆ ਲੱਗੇ ਰੋ ਆਪਣਾ ਵੀ ਘਰੀ ਚੱਲੋ ਉੱਥੇ ਕਿਹੜੀ ਕਿਤੇ ਰਾਜ ਸਭਾ ਰੋ ਚੱਲਣ ਡਈ ਹੈ ਥੋੜੇ ਬਹੁਤ ਕਦੀ ਕਦੀ ਚੱਲਦੀ ਆ ਜਾ ਕੇ ਆਪਣਾ ਬਹਿ ਗਏ ਠੰਡੀ ਹਵਾ ਖਾਦੀ ਉੱਥੇ ਕੰਟੀਨ ਚ ਵਾਵਾ ਸੋਨਾ ਸਾਰਾ ਕੁਝ ਮਿਲਦਾ ਜਗਾ ਵੀ ਮਿਲੀ ਹੋ ਤੁਹਾਨੂੰ ਬਹਿਣ ਉੱਠਣ ਲਈ ਚਾਰ ਸਲੂਟ ਪੈਂਦੇ ਆ ਖਾ ਕੇ ਆਗੇ ਜੇ ਕੁਝ ਹੋ ਗਿਆ ਤੇ ਵਾਵਾ ਭਲੀ ਤੇ ਲੀਡਰਾਂ ਦਾ ਜਿੰਨਾ ਕਹਿਆ ਦੱਬੀ ਜੀ ਜ਼ੁਬਾਨ ਚ ਕਹਿ ਤਾ ਉਥੇ ਕੀ ਆ ਉਹਦੇ ਚ ਕੀ ਗੱਲ ਹੈ ਉਹ ਤੁਹਾਨੂੰ ਇਹ ਤੇ ਕਹਿਣਗੇ ਨਹੀਂ ਕਿ ਕਿਸੇ ਨੂੰ ਮਾੜਾ ਕਹੋ ਇਹੋ ਹੀ ਕਹਿਣਗੇ ਕਿ ਵੀ ਪਾਰਟੀ ਦੀ ਥੋੜੀ ਐ ਏਜੰਡਾ ਆ ਚਾਰ ਸ਼ਬਦ ਉਹਤੇ ਪੜਦੇ ਹੋ ਪੜਦਿਆ ਕਰੋ ਬਾਕੀ ਦਾ ਕੰਮ ਤੁਸੀਂ ਆਪਣਾ ਤੇ ਬਾਹਰ ਆ ਕੇ মিডিਆ ਚ ਆਪਣਾ ਵੀ ਕਰ ਲਿਆ ਹੋਰ ਕਰ ਲਿਆ ਇਹ ਵਿੱਚ ਵਿਚਾਲਾ ਜਿਆ ਬੜਾ ਪ੍ਰੈਗਮੈਟਿਕ ਬੜਾ ਐਕਚੁਅਲ ਜਿਹੜਾ ਤਰਾਕਲ ਤੇ ਪੋਸੀਬਲ ਤਰੀਕਾ ਆ ਉਸ ਤਰੀਕੇ ਦਾ ਇੱਕ ਰਸਤਾ ਹੈਗਾ ਪਰ ਜੇ ਤੁਸੀਂ ਬਿਲਕੁਲ ਆਪਣੀ ਗੱਲ ਇਹ ਰੱਖਣੀ ਹੈ ਕਿ ਜੋ ਮੇਰੇ ਮਨ ਚ ਅਜੰਡਾ ਆ ਉਹ ਜਾ ਕੇ ਪਾਰਲੀਮੈਂਟ ਚ ਅੱਗੇ ਤੁਰਨਾ ਚਾਹੀਦਾ ਫਿਰ ਕੇਜਰੀਵਾਲ ਨੂੰ ਕੌਣ ਪੁੱਛੂ ਫਿਰ ਉਹਨਾਂ ਨੇ ਤੁਹਾਨੂੰ ਕੱਲ ਹੀ ਐਮਪੀ ਬਣਾਉਣਾ ਸੀਗਾ ਇਹ ਤੁਸੀਂ ਆਪ ਇਹਦੇ ਤੇ ਜਰਾ ਵਿਚਾਰ ਮੰਥਨ ਕਰੋ ਇਹ ਵੀ ਗੱਲ ਹੈ ਨਾ ਕਿ ਜੇ ਸੀਚੇਵਾਲ ਸਾਹਿਬ ਸਮਝਦੇ ਨੇ ਕਿ ਮੈਂ ਕਿਤੇ ਫਸ ਗਿਆ ਆ ਕੇ ਤਾਉ ਕਿਤੇ ਨਾ ਕਿਤੇ ਆਪਣੀ ਆਵਾਜ਼ ਉਸ ਤਰੀਕੇ ਨਾਲ ਰੱਖੀ ਰੱਖਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਣੇ ਆਪਣੇ ਮੁੱਦੇ ਚੁੱਕੀ ਰੱਖਣੋ ਕਹਿੰਦੇ ਕਿ ਮੈਨੂੰ ਫੱਟਾ ਚਾੱਕ ਕੇ ਕਹਿੰਦੇ ਕਿ ਤੁਸੀਂ ਸਪੀਕਰ ਸਾਹਿਬ ਦੇ ਕੋਲ ਆ ਕੇ ਉੱਥੇ ਕਰੋ ਕਹਿੰਦੇ ਇਹ ਕੰਮ ਮੇਰੇ ਤੋਂ ਨਹੀਂ ਹੁੰਦਾ ਤੇ ਸੀਤੇਵਾਲ ਸਾਹਿਬ ਸੁਲਝੇ ਹੋਏ ਨੇ ਉਹ ਤਾਂ ਨੇ ਉਹਨਾਂ ਨੂੰ ਲੋਕ ਸਮਝਦੇ ਨੇ ਕਿ ਉਹ ਪੰਜਾਬ ਦੀ ਗੱਲ ਕਰਨਗੇ ਮਨ ਦੀ ਆਵਾਜ਼ ਦੇ ਨਾਲ ਆਪਣੇ ਪੰਜਾਬ ਦੀ ਵੀ ਆਵਾਜ਼ ਸੁਣਨ ਫਿਰ ਸਾਫ਼ ਹੀ ਹੋ ਜਾਣਾ ਕਿ ਤੁਸੀਂ ਪੰਜਾਬ ਦੇ ਮਸਲਿਆਂ ਨੂੰ ਉਭਾਰੋਗੇ ਪਾਰਟੀ ਤੋਂ ਉੱਪਰ ਉੱਠ ਕੇ ਪੇਰ ਲੋਕ ਸਮਝਣਗੇ ਕਿ ਬਿਲਕੁਲ ਵਾਕਈ ਤੁਸੀਂ ਸੰਤ ਬਲਬੀਰ ਸਿੰਘ ਸੀਚੇਵਾਲੋ ਕੋਈ ਸਿਆਸੀ ਬੰਦੇ ਨਹੀਂ ਹੁਣ ਉੱਥੇ ਉਹਨਾਂ ਨੇ ਕਿਹਾ ਵੀ ਸੀਗਾ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੱਗੇ ਉਹਨਾਂ ਨੇ ਕਮੇਟੀ ਅੱਗੇ ਸਵਾਲ ਚੁੱਕੇ ਉਹ ਕਹਿੰਦੇ ਇਹ ਤਾਂ ਹੁਣ ਸਿਆਸੀ ਲੋਕਾਂ ਨੂੰ ਤੁਸੀਂ ਸਮਝਾ ਸਕਦੇ ਹੋ ਇਹਨਾਂ ਦਾ ਨਹੀਂ ਤਾਂ ਆਵਾ ਹੀ ਉੱਟਿਆ ਹੋਇਆ ਮੈਂ ਪ੍ਰੋਫੈਸਰ ਸਾਹਿਬ ਅਗਲੀ ਗੱਲ ਕਰਾਂ ਕਿ ਇੱਕ ਨਿੱਕਾ ਜਿਹਾ ਇੱਕ ਨਿੱਕਾ ਜਿਹਾ ਹੱਲ ਛੋਟਾ ਜਿਹਾ ਸੰਤ ਸੀਚੇਵਾਲੀ ਵੀ ਹੈਗਾ ਕਿ ਜਦੋਂ ਪੰਜਾਬ ਆਉਣ ਉਦੋਂ ਉਹ ਆਪਣੇ ਆਪ ਨੂੰ ਇੰਟਰੋਡਿਊਸ ਕਰਨ ਸੰਤ ਬਲਬੀਰ ਸਿੰਘ ਸੀਚੇਵਾਲਾ ਤੇ ਜਦੋਂ ਦਿੱਲੀ ਜਾਣ ਉਹ ਸੰਤ ਤੱਕ ਕਿਉਂ ਹਟਾ ਲੈਣਾ ਤੇ ਉੱਥੇ ਬਣਾ ਦੇਣ ਐਮਪੀ ਸੰਸਦ ਸੰਸਦ ਬਲਬੀਰ ਸਿੰਘ ਸੀਚੇ ਵਾਲਾ ਉਹਦੇ ਨਾਲ ਕੰਮ ਚੱਲ ਜਾਊਗਾ ਦੋ ਰੂਪ ਤੇ ਹੋ ਹੀ ਸਕਦੇ ਆ ਹਾਂਜੀ ਜੀ ਮੈਂ ਪ੍ਰੋਫੈਸਰ ਸਾਹਿਬ ਅਗਲੀ ਗੱਲ ਕਰਨ ਲੱਗਾ ਸੀ ਕਿ ਰਾਗਵ ਚੱਡਾ ਹੋਰਾਂ ਨੇ ਨਿਰਮਲਾ ਸੀਤਾਰਾਮ ਜਿਹੜੇ ਕੇਂਦਰੀ ਵਿੱਤ ਮੰਤਰੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਮੁਲਾਕਾਤ ਕਰਕੇ ਆਏ ਨੇ ਇੱਕ ਤਮੰਗ ਪੱਤਰ ਸੌਂਪਿਆ ਉਹਨਾਂ ਨੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਦਰਬਾਰ ਸਾਹਿਬ ਤੇ ਜਿਹੜਾ GST ਉੱਥੇ ਲਾਇਆ ਸਰਾਵਾਂ ਤੇ ਇੱਕ ਵੱਡੀ ਗੱਲ ਉਹਦੇ ਵਿੱਚ ਉਹਨਾਂ ਨੇ ਇਹ ਕੀਤੀ ਹੈ ਕਿ ਪੰਜਾਬ ਲਈ ਵਿਸ਼ੇਸ਼ ਪੈਕੇਜ ਦਿਓ ਭਗਵੰਤਵਾਨ ਸਾਹਿਬ ਵੀ ਮੰਗ ਚੁੱਕੇ ਨੇ ਕਈ ਵਾਰੀ ਕਿ ਪੰਜਾਬ ਲਈ ਪੈਕੇਜ ਦਿਓ ਕੇਂਦਰ ਸਰਕਾਰ ਕਿਉਂ ਵਿਤਕਰਾ ਕਰਦੀ ਹੈ ਇਹ ਆਪਣੇ ਆਪ ਚ ਵੱਡਾ ਸਵਾਲ ਬਣ ਜਾਂਦਾ ਹੈ ਕਿ ਕੇਂਦਰ ਸਰਕਾਰ ਸਾਰੀਆਂ ਸਰਕਾਰਾਂ ਜਿੰਨੀਆਂ ਕੇਂਦਰ ਚ ਆਉਂਦੀਆਂ ਉਹ ਸੂਬਿਆਂ ਦੇ ਨਾਲ ਇਹੀ ਕੁਝ ਕਰਦੀਆਂ ਨੇ ਖਾਸ ਕਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਸੁਖਵਿੰਦਰ ਕੇਸੇ ਨੇ ਕੁਝ ਨਹੀਂ ਦੇਣਾ ਜਿੱਥੇ ਜੀਤੇ ਬੀਜਪੀ ਆਪਣਾ ਇੱਥੇ ਪੈਰ ਲਾਉਣਾ ਚਾਹੁੰਦੀ ਹੋਊਗੀ ਤੇ ਉਹਨਾਂ ਨੂੰ ਫਾਇਦਾ ਹੋਊਗਾ ਤਾਂ ਫਿਰ ਉਹ ਪੈਕੇਜ ਵੀ ਦੇ ਦੇਣਗੇ ਹੋਰ ਵੀ ਕਈ ਕਰ ਦੇਣਗੇ ਜੋ ਨਹੀਂ ਮੰਗ ਰਹੇ ਉਹ ਵੀ ਕਰ ਦੇਣਗੇ ਜਦੋਂ ਚਰਨਜੀਤ ਸਿੰਘ ਚੰਨੀ ਨੇ ਪੁੱਠੇ ਪੈਰੀ ਪ੍ਰਧਾਨ ਮੰਤਰੀ ਨੂੰ ਮੋੜਤਾ ਜਿਹੜਾ ਫਿਰੋਜ਼ਪੁਰ ਵਾਲ ਵਾਲੇ ਵੱਡੀ ਰੈਲੀ ਕਰਨੀ ਸੀ ਉੱਥੇ ਉਹ ਕਹਿੰਦੇ ਬਹੁਤ ਵੱਡਾ ਸੰਤਾਖਲਾਜ ਵਾਂਗੂ ਲੋਕਾਂ ਪੰਜਾਬ ਨੂੰ ਗਿਫਟ ਦੇ ਕੇ ਜਾਣੇ ਸੀ ਹੁਣ ਬੈਠੋ ਮਿਲ ਗਿਆ ਤੁਹਾਨੂੰ ਠੁਣ ਠੁਣੂ ਗੋਪਾਲ ਹੁਣ ਨਹੀਂ ਤੁਹਾਨੂੰ ਕਰਨਾ ਉਹ ਰੁਸ ਕੇ ਚਲੇ ਗਏ ਤੁਸੀਂ ਰਸਾਤਾਂ ਜੇ ਜੇ ਰੋਸੀ ਗਿਆ ਬਹੁਤ ਰੋਸ ਗਿਆ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਉਹ ਰੁੱਸ ਗਿਆ ਤਾਂ ਫੇਰ ਤੁਹਾਨੂੰ ਕਿਸਾਰਾ ਤੇ ਲੱਗਣਾ ਸੀ ਇਹ ਉਦੋਂ ਪਹਿਲਾਂ ਵੀ ਗੱਲਾਂ ਉੱਟਦੀਆਂ ਪੈਕੇਜ ਦੀਆਂ ਬਹੁਤ ਗੱਲਾਂ ਉੱਟਦੀਆਂ ਜਾਣੀ 20 ਸਾਲ ਤੇ ਮੈਨੂੰ ਸੁਣਦਿਆਂ ਨੂੰ ਹੋ ਗਿਆ ਭਗਵੰਤ ਮਾਨ ਹੁਣਾਂ ਨੇ ਉਹ ਉਹ ਸੁਰ ਕੱਢੀ ਆ ਚੰਗੀ ਗੱਲ ਆ ਇਹ ਮਿਲਣਾ ਇੰਜ ਨਹੀਂ ਹੈਗਾ ਮਿਲਣਾ ਦੋ ਤਰੀਕੇ ਨਾਲ ਆ ਜਾਂ ਤੇ ਭਾਜਪਾ ਨੂੰ ਇਹ ਲੱਗੇ ਕਿ ਉਹਨਾਂ ਨੂੰ ਕੁਝ ਵੀ ਪੰਜਾਬ ਦਾ ਕਰਨ ਚ ਫਾਇਦਾ ਰਾਜਨੀਤਿਕ ਤੌਰ ਤੇ ਲਾਹਾ ਖਾਸ ਕਰ 2024 ਕਾਹ ਹੋਊਗਾ ਨਹੀਂ ਤੇ ਤੁਹਾਡੀ ਉਥੇ ਸਰਕਾਰ ਆ ਖਾਟ ਖੜੀ ਕਰੋ ਜਿਵੇਂ ਕਿਸਾਨਾਂ ਨੇ ਕੀਤੀ ਸੀ ਕਿਸਾਨਾਂ ਦੇ ਹੱਕ ਚ ਤੁਸੀਂ ਇੱਕ ਵੀ ਰੈਲੀ ਨਹੀਂ ਕੀਤੀ ਇੰਨਾ ਚਿਰ ਸਵਾ ਸਾਲ ਉਥੇ ਬੈਠੇ ਰਹੇ ਆ ਕਿੱਡੀਆਂ ਰੈਲੀਆਂ ਤੁਸੀਂ ਕੀਤੀਆਂ ਕਿੰਨਾ ਕੁ ਘੇਰਿਆ ਤੁਸੀਂ ਬੀਜੇਪੀ ਨੂੰ ਹੁਣੀ ਕਰ ਲੋ ਜੇ ਪੰਜਾਬ ਲਈ ਕੁਝ ਕਰਨਾ ਇਥੋਂ ਬੱਸਾਂ ਭਰ ਕੇ ਲੈ ਕੇ ਜਾਓ ਦਿੱਲੀ ਨੂੰ ਉਥੇ ਖਾੜ ਖੜੀ ਕਰੋ ਜ਼ਰੂਰ ਮਿਲੂਗਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਜ਼ਰੂਰ ਮਿਲੂਗਾ ਪਰ ਐਸ ਤਰੀਕੇ ਨਾਲ ਚਿੱਠੀ ਕੱਢ ਕੇ ਖਬਰਾਂ ਲਵਾਈ ਜਾਣਾ ਮੈਂ ਪੰਜਾਬ ਦਾ ਹੇਤੂਆਂ ਕਿਉਂਕਿ ਮੈਂ ਮੰਗ ਕਰ ਲਈਏ ਮੰਗਾ ਮੰਗੀ ਚਲੋ ਉਹਦੇ 'ਚ ਕੀ ਫਰਕ ਪੈਂਦਾ ਮੰਗਾ ਮੰਨਣ ਨਾਲ ਨਹੀਂ ਮਿਲਦਾ ਕੀ ਸਾਨੂੰ ਤੇ ਉਹਦੇ ਨਾਲ ਜਿਆਦਾ ਕੱਟੇ ਨੂੰ ਸਵਾ ਮਣ ਦੁੱਧ ਦਾ ਕੁਛ ਨਹੀਂ ਉਹਨੂੰ ਤੇ ਉਹੋ ਹੀ ਜਿਹੜਾ ਕਿਲੋ 2 ਕਿਲੋ ਦਿਹਾੜੀ ਦਾ ਮਿਲਣਾ ਬਾਕੀ ਦੇ ਮਾਲਕ ਨੇ ਲੈ ਜਾਣਾ ਇਸ ਲਈ ਸਾਨੂੰ ਬਿਆਨ ਕਿੰਨਾ ਕ ਵੱਡਾ ਦਿੰਦੇ ਆ ਤੁਸੀਂ ਉਹਦਾ ਕੋਈ ਲਾਹਾ ਨਹੀਂ ਕਿੰਨਾ ਮਿਲਿਆ ਐਕਚੁਅਲੀ ਮਨਰੇਗਾ ਦਾ ਤੇ ਪੈਸਾ ਦੇ ਨਹੀਂ ਦੇ ਆ ਜਔਰ ਤਾਂ ਉੱਥੇ ਬੈਠੀਆਂ ਆਈਆਂ ਜੰਤਰ ਮੰਤਰ ਰੋਰੀਆਂ ਪੇਟਰੀਆਂ ਹਜ਼ਾਰਾਂ ਔਰਤਾਂ ਕੇ 7.5 ਹਜ਼ਾਰ ਕਰੋੜ ਕੇ ਪਤਾ ਨਹੀਂ ਕਿੰਨਾ ਰੁਪਿਆ ਸਰਕਾਰ ਦੱਬੀ ਬੈਠੀ ਐ ਇਹੋ ਜੀ ਤੇ ਸਰਕਾਰ ਆ ਅਸੀਂ ਸਾਨੂੰ ਵਿਸ਼ੇਸ਼ ਵਿਦੇਸ਼ ਪੈਕੇਜ ਉਹਨਾਂ ਨੇ ਕਿਹੜਾ ਛੇਣਾ ਇੱਥੇ ਦੂਜੀ ਗੱਲ ਇੱਕ ਜਿਹੜੀ ਚੰਗੀ ਗੱਲ ਸਰਾਮ ਵਾਲਾ ਮਸਲਾ ਉਹਨਾਂ ਨੇ ਉਠਾਇਆ ਉਹ ਚੰਗੀ ਗੱਲ ਆ ਉਹ ਅਸੀਂ ਮੈਂ ਵੀ ਉਠਾਇਆ ਕਈ ਜਨ ਲਾਂ ਤੇ ਜਾ ਕੇ ਅਸੀਂ ਆਪਣੇ ਤੇ ਵੀ ਉਠਾਇਆ ਸੀ ਇਹ ਤੇ ਮਾੜੀ ਗੱਲ ਆ ਤੁਸੀਂ ਜਿਹੜੀ ਚੀਜ਼ ਪ੍ਰੋਫਿਟ ਲਈ ਨਹੀਂ ਹੈ ਕਿਸੇ ਟਰਸਟ ਨੇ ਸੇਵਾ ਭਾਵ ਦੇ ਨਾਲ ਹੈਗੀ ਉਹਦੇ ਤੇ ਵੀ ਤੁਸੀਂ ਲਾਈ ਜਾਓਗੇ ਕੋਈ ਟੈਕਸ ਲਾਈ ਜਾਓਗੇ ਸਰਵਿਸ ਟੈਕਸ ਲਾਓਗੇ ਜਾਂ ਗੁਰਜ ਸਰਵਿਸ ਟੈਕਸ ਉਹ ਤੇ ਵਾਪਸ 12% ਲੈਣਾ ਹੀ ਚਾਹੀਦਾ ਤੇ 5 ਬ ਨਹੀਂ ਲਾਇਆ ਸਿੱਧਾ 12 ਲਾ ਦਿੱਤਾ ਮਾਰ ਹੀ ਦੇਣਾ ਲੋਕਾਂ ਨੂੰ ਤੁਸੀਂ ਕਿਤੇ ਸਾਹ ਨਹੀਂ ਲੈਣ ਦੇਣਾ ਉਹ ਇਹਨਾਂ ਨੇ ਜਿਹੜਾ ਮੁੱਦਾ ਠਾਇਆ ਉਹ ਠੀਕ ਹੈ ਪੈਕੇਜ ਵਾਲੀ ਜਿਹੜੀ ਗੱਲ ਆ ਉਹ ਮੰਗ ਜ਼ਰੂਰ ਕੀਤੀ ਆ ਫੋਟੋ ਵੀ ਮੈਂ ਦੇਖ ਲਈ ਆਈ ਐ ਰਦਰ ਚੱਡੇ ਦੀ ਸੀਸਰਮੰਦ ਦੇ ਨਾਲ ਨਿਰਮਲਾ ਸੀਸਰਮੰਦ ਦੇ ਨਾਲ ਫੋਟੋ ਸੋਹਣੀ ਆ ਪਰ ਫੋਟੋ ਆ ਗਾਂ ਕਿੱਦਾਂ ਹੁੰਦਾ ਕਿੰਨਾ ਹੁੰਦਾ ਉਹ ਦੇ ਹਾਂਜੀ ਬਿਲਕੁਲ ਗੱਲ ਮੈਂ ਪ੍ਰੋਫੈਸਰ ਜੀ ਤੁਸੀਂ ਕਿਹਾ ਕਿ ਕੇਂਦਰ ਨੂੰ ਜਿੱਥੇ ਲੱਗਦਾ ਹੈ ਬੀਜੇਪੀ ਨੂੰ ਜਿੱਥੇ ਲੱਗਦਾ ਹੈ ਕਿ ਸਾਡਾ ਫਾਇਦਾ ਪਰ ਬੀਜੇਪੀ ਵਾਲੇ ਕਹਿੰਦੇ ਕਿ ਪੰਜਾਬੀਆਂ ਦਾ ਜਾਂ ਪੰਜਾਬ ਦਾ ਰੁਝਾਨ ਜਿਹੜਾ ਆ ਲੋਕਾਂ ਦਾ ਉਹ ਬੀਜੇਪੀ ਵਾਲੇ ਪਾਸੇ ਨੂੰ ਹੁਣ ਵੱਧਦਾ ਜਾ ਰਿਹਾ ਉਹ ਇਸ ਗੱਲ ਨੂੰ ਲੈ ਕੇ ਕਾਫੀ ਖੁਸ਼ ਨੇ ਪਰ ਸਮਝ ਨਹੀਂ ਆ ਰਹੀ ਕਿ ਕਿ ਇਸ ਲਾਭ ਉਤੇ ਮਤਲਬ ਕਿ ਕਿਉਂਕਿ ਪੰਜਾਬ ਦੇ ਮੁੱਦੇ ਇੰਨੇ ਪਏ ਨੇ ਕੇਂਦਰ ਦੇ ਨਾਲ ਬਹਿ ਕੇ ਸੁਲਝਾਉਣ ਵਾਲੇ ਕਿ ਜੇ ਸ਼ੁਰੂ ਕਰ ਦੇਣ ਤਾਂ ਸ਼ਾਇਦ ਇਹਨਾਂ ਦਾ ਆ ਸਮਾਂ ਜਿਹੜਾ ਉਹ ਇੱਕ ਚੰਗਾ ਲੰਘੇ ਜੇ ਕਿ 2024 ਤੱਕ ਇਹਨਾਂ ਨੇ ਪੰਜਾਬ ਨੂੰ ਬਿਲਕੁਲ ਕਰਜ਼ਾ ਮੁਕਤ ਕਰਤਾ ਪੰਜਾਬ ਦੇ ਵਿੱਚ ਜਿਹੜੀ ਉਹ ਬੇਰੁਜ਼ਗਾਰੀ ਦੂਰ ਕਰਤੀ ਮਤਲਬ ਕੁਝ ਤਾਂ ਕਰਨ ਪੰਜਾਬ ਦੇ ਲਈ ਕਰਨਾ ਤੇ ਬਣਦਾ ਤੁਹਾਨੂੰ ਜੇ ਸੱਚੀ ਗੱਲ ਦੱਸਾਂ ਕਿ ਜਦੋਂ ਪ੍ਰੋਫੈਸਰ ਮਨਮੋਹਨ ਸਿੰਘ ਬਣੇ ਸੀਗੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਆਹ ਪ੍ਰੋਫੈਸਰ ਵੀ ਸੀ ਇੱਥੇ ਟੀਚਰ ਸੀ ਲੈ ਲੈ ਹੱਥ ਦੋ ਡਾਕਟਰ ਤੇ ਪੀ ਐਚ ਡੀ ਕਰਕੇ ਆ ਨਾ ਹੈ ਤੇ ਪ੍ਰੋਫੈਸਰ ਸੀਗੇ ਤੇ ਇਕਨੋਮਿਕਸ ਦੇ ਉਹ ਬਣੇ ਸੀਗੇ ਡਾਕਟਰ ਕਹਿ ਦਿੰਨੇ ਚਲੋ ਡਾਕਟਰ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਬਣੇ ਸੀ ਉਦੋਂ ਜਦੋਂ ਅਕਾਲੀ ਦਲ ਉਹਨਾਂ ਕੋਲ ਜਾਂਦਾ ਸੀ ਬਾਰ-ਬਾਰ ਤੇ ਇਹਨਾਂ ਨੂੰ ਨਰਾਸ਼ ਨਹੀਂ ਕੀਤਾ ਉਹਨਾਂ ਨੇ ਆਪਾਂ ਨੂੰ ਪਤਾ ਕਈ ਕਿਸਮ ਦੀਆਂ ਰਾਹ ਤਾਂ ਕਈ ਕਿਸਮ ਦੀਆਂ ਗੱਲਾਂ ਲੈ ਕੇ ਇਹ ਉਥੋਂ ਥਾਪੜਾ ਲੈ ਕੇ ਆਰਥਿਕ ਤੌਰ ਤੇ ਮਦਦ ਮਿਲੀ ਮੈਨੂੰ ਨਹੀਂ ਲੱਗਦਾ ਹੁਣ ਵਾਲੇ ਪ੍ਰਧਾਨ ਮੰਤਰੀ ਨੇ ਗੱਲਾਂ ਬਹੁਤ ਸੋਹਣੀਆਂ ਕੀਤੀਆਂ ਇਹੋ ਜਿਹੀਆਂ ਮੈਂ ਹੁਣੇ ਇੱਕ ਉਹਨਾਂ ਦੀ ਵੀਡੀਓ ਫਿਲਪਿੰਗ ਸੁਣ ਰਿਹਾ ਸੀ 4 ਸਾਲ ਪਹਿਲਾਂ ਦੀ ਪ੍ਰਧਾਨ ਮੰਤਰੀ ਦੀ 2022 ਤੱਕ ਕੋਈ ਵੀ ਦੇਸ਼ ਦਾ ਇੱਕ ਵੀ ਬਚਿੰਦਾ ਬਿਨਾ ਪੱਕੇ ਘਰ ਸੇ ਨਹੀਂ ਰਹੇਗਾ ਇਹ ਕਾਂਗਰਸ ਨਹੀਂ ਹੈ ਕਿ ਚਾਰ ਦਿਵਾਰੀ ਖੜੀ ਕਰਦੀ ਛੱਤ ਡਾਲੀ ਨਹੀਂ ਮੈਂ ਸਾਤਵੀਂ ਪੱਕੀ ਡਾਲੂਗਾ ਉਸਮੇ 140 ਲਿਆ ਵੀ ਰੱਖੂਗਾ ਉਸਮੇ ਬਿਜਲੀ ਵੀ ਦਊਗਾ ਉਸਮੇ ਗੈਸ ਵੀ ਦਊਗਾ ਔਰ ਉਸਮੇ ਨਾਲ ਵੀ ਦਊਗਾ ਔਰ ਨਲ ਮੇ ਜਿਆਲ ਵੀ ਦਊਗਾ ਇਹ ਉਹਨਕੇ ਉਹਨਾਂ ਦੇ ਸ਼ਬਦ ਆ ਆਲਮੋਸਟ ਕਿਆ ਜਾਨੀ ਸ਼ੈਬਰ ਲਾਉਂਦੇ ਜਦੋਂ ਗੱਲਾਂ ਕਰਦੇ ਆ ਆ ਚੰਡੀਗੜ੍ਹ ਆ ਸਭ ਤੋਂ ਕਹਿੰਦਾ ਸਿਟੀ ਬਿਊਟੀਫੁਲ ਹਜ਼ਾਰਾਂ ਘਰ ਤੇ ਮੈਂ ਸੜਕ ਦੇ ਕੰਡੇ ਬੈਠੇ ਦਿਖਾ ਲ ਦੇਣਾ ਝੂਗੀਆਂ ਚ ਜਦੋਂ ਕਿਤੇ ਅੱਗ ਲੱਗ ਜਾਂਦੀ ਪਤਾ ਉਦਣ ਲੱਗਦਾ ਵਿਚਾਰਿਆਂ ਦਾ ਹਾਲ ਕੀ ਹੁੰਦਾ ਕੋਈ ਗੇਟ ਨਹੀਂ ਕੋਈ ਕੁਛ ਨਹੀਂ ਮਾੜਾ ਜਾ ਤਰਪਾ ਕੇ ਪੋਲੀਥੀਨ ਤੇ ਬੈਠੇ ਆ ਇਹੋ ਜੇ ਤੀਜਾ ਹਿੱਸਾ ਦਿੱਲੀ 'ਚ ਹੀ ਬੈਠੇ ਉਹਦੇ ਨੱਕ ਦੇ ਸਾਹਮਣੇ ਤੀਜਾ ਹਿੱਸਾ ਦਿੱਲੀ ਦੀ ਤਕਰੀਬਨ 20-25% ਘੱਟੋ ਘੱਟ ਹੋਮਲੈਸ ਆ ਉੱਥੇ ਬੈਠੇ ਜਾਂ ਕਿ ਦੇਖ ਲੈਣ ਗਿਣ ਲੈਣ ਉਹਨਾਂ ਦੀਆਂ ਹੀ ਵੋਟਾਂ ਨਾਲ ਇਹ ਹਰ ਬਾਰੀ ਸੱਤਾ ਲੈਂਦੇ ਇਹ ਜਿਹੜੀਆਂ ਗੱਪਾਂ ਛੱਡਦੇ ਆ ਨਾ ਗੱਪ ਤੇ ਐਂਉ ਪੇਲਦੇ ਆ ਵੀ ਉੱਥੇ ਕਿਹੜਾ ਜ਼ੋਰ ਲਗਣਾ ਛੱਡਣੀ ਆ ਛੱਡਦੇ ਹੋ ਫਿਰ ਵੱਢੀ ਛੱਡੋ ਫਲਾ ਕੇ ਇਹ ਜੇ ਦੇਸ਼ ਦੇ ਪ੍ਰਧਾਨ ਮੰਤਰੀ ਐਡੇ ਵੱਡੇ ਗਪੌੜ ਸੰਖ ਹੈਗੇ ਆ ਥੱਲੇ ਜਿਹੜੇ ਚੀ ਮੰਤਰੀ ਆ ਉਹ ਕਿੱਡੇ ਘੋਣਗੇ ਉੱਥੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਹ ਗੱਲਾਂ ਆ ਕੀਤਾ ਜੇ ਕਿਸੇ ਨੇ ਤੇ ਉਹ ਚੁੱਪਚੀ ਪੀਤੇ ਨੇ ਕੀਤਾ ਜਿਹੜਾ ਬੋਲਦਾ ਨਹੀਂ ਸੀ ਜਿਹਨੂੰ ਮੋਨ ਨਹੀਂ ਬਾਬਾ ਕਹਿੰਦੇ ਸੀ ਉਹ ਕੰਮ ਪੈਨ ਨਾਲ ਕਰੀ ਗਿਆ ਤੇ ਕੁਝ ਧਰਾਪਲ ਤੇ ਵੀ ਹੋਏ ਆ ਕੰਮ ਮੈਂ ਬਿਲਕੁਲ ਕਿਸੇ ਪਾਰਟੀ ਦਾ ਜਾਂ ਬੰਦਿਆਂ ਦਾ ਆਪਾਂਚਕ ਨਹੀਂ ਇਹਨੂੰ ਇੰਜ ਨਾ ਲਿਆ ਜਾਵੇ ਪਰ ਜਿਹੜੇ ਫੈਕਟ ਹੈ ਉਹਦੇ ਫੈਕਟ ਹੈਗੇ ਆ ਉਦੋਂ ਬਾਅਦ ਤੁਸੀਂ ਦੱਸੋ ਵੀ ਪੰਜਾਬ ਨੂੰ ਆ ਸਵਾ ਸਾਲ ਜਿਹੜਾ ਉਥੇ ਧਰਨਿਆਂ ਤੇ ਬਹਿਣਾ ਪਿਆ ਉਹ ਜਰੂਰ ਇੱਕ ਆਪਣੀ ਵੱਡੀ ਲੜਾਈ ਇੱਕ ਇਤਿਹਾਸਿਕ ਲੜਾਈ ਲੜੀ ਆ ਐਡੀ ਵੱਡੀ ਤੇ ਲੜਾਈ ਉਹਨਾਂ ਸਮਿਆਂ ਦੇ ਵਿੱਚ ਕਦੀ ਵੀ ਹੋਈ ਨਹੀਂ ਜੇ ਉਹ ਇੰਜ ਬਿੱਲ ਲੈ ਕੇ ਆਉਂਦਾ ਆਪਣਾ ਡਾਕਟਰ ਮਨਮੋਹਨ ਸਿੰਘ ਤੇ ਉਥੇ ਵੀ ਇਹੋ ਕੁਝ ਹੀ ਹੋਣਾ ਸੀ ਜਿਹਨੇ ਲੈ ਕੇ ਆਏ ਕੌਣ ਕੌਣ ਪਬਲਿਕ ਸੈਕਟਰ ਨੂੰ ਵੇਚ ਰਿਹਾ ਮਨਮੋਹਨ ਸਿੰਘ ਨੇ ਤੇ ਵੇਚਿਆ ਨਹੀਂ 인ਦਰਾ ਗਾਂਧੀ ਨੇ ਤੇ ਪ੍ਰਾਈਵੇਟ ਬੈਂਕਾਂ ਨੂੰ ਨਿੱਜੀ ਬੈਂਕਾਂ ਨੂੰ ਕੀਤਾ ਸੀਗਾ ਪਬਲਿਕ ਸੈਕਟਰ ਚ ਲੈ ਕੇ ਆਏ ਸੀਗੇ ਸਰਕਾਰੀ ਬਣਾਇਆ ਸੀਗਾ ਮੈਂ 인ਦਰਾ ਗਾਂਧੀ ਨੇ ਵੀ ਐਮਰਜੈਂਸੀ ਲਾਈ ਸੀ ਕੋਈ ਚੰਗੇ ਕੰਮ ਉਹਨਾਂ ਨੇ ਵੀ ਨਹੀਂ ਮੈਂ ਕੋਈ ਆਪਾਂਛਿਕ ਨਹੀਂ ਪਰ ਜੋ ਫੈਕਟ ਹੈ ਤੇ ਫੈਕਟ ਹੈ ਨਾ ਇਹ ਉਲਟਾ ਸਾਰਾ ਕੁਝ ਵੇਚਣਾ ਸ਼ੁਰੂ ਕੀਤਾ ਠੀਕ ਨਹੀਂ ਹੈ ਹਾਲਾਤ ਸ਼ੁਕਰ ਕਰੋ BSNL ਆ 1.5 ਕਰੋੜ 1.5 ਲੱਖ ਕਰੋੜ ਰੁਪਇਆ ਦੇ ਕੇ ਥੋੜੇ ਜਿਹਾ ਪਤਾ ਨਹੀਂ 1.6 ਲੱਖ ਕਰੋੜ ਰੁਪਇਆ ਦੇ ਕੇ ਉਹਨੂੰ ਸਾਹ ਆਕਸੀਜਨ ਦੇ ਦਿੱਤੀ ਆ ਪਰ ਕਿਸੇ ਦਿਨ ਵੀ ਉਹਦੀ ਵੀ ਉਹ ਆਕਸੀਜਨ ਜਿਹੜੀ ਖਿੱਚੀ ਜਾ ਸਕਦੀ ਮੈਂ ਇਸ ਕਰਕੇ ਲੰਬੀ ਗੱਲ ਥੋੜੀ ਜੀ ਹੋ ਗਈ ਹੈ ਕਿ ਗੱਲਾਂ ਮੰਗਣ ਨਾਲ ਨਹੀਂ ਹੋਣਾ ਗੱਲਾਂ ਬਹੁਤ ਪੋਲਿਟਿਸ਼ਨ ਕਰਦੇ ਆ ਤੇ ਇਹੀ ਸਾਡੇ ਬੰਦੇ ਕਰੀ ਜਾਂਦੇ ਆ ਹੁਣ ਆ ਹੋ ਗਿਆ ਜੀ ਹੁਣ ਆ ਐਲਾਨ ਹੋ ਗਿਆ ਜੀ ਹੁਣ ਇੰਜ ਕਰਦੇ ਆਂਗੇ ਜੀ ਹੁਣ ਇੰਜ ਕਰਦੇ ਆਂ ਪਈ ਕਰਕੇ ਦੱਸੋ ਵੀ ਆ ਕਰ ਲਿਆ ਸਾਨੂੰ ਕਰ ਦੋਗੇ ਉਹ ਕਰੀ ਚੱਲੋ ਜੋ ਮਰਜ਼ੀ ਬਿਆਨ ਦੇ ਜੋ ਉਹਦੇ ਨਾਲ ਕਿਸੇ ਨੂੰ ਲਾਹਾ ਨਹੀਂ ਹੈ ਹੂੰ ਸਹੀ ਗੱਲ ਆ ਤੁਹਾਡੀ ਅੱਛਾ ਮੈਂ ਮੈਂ ਗੱਲ ਕਰਨ ਲੱਗਿਆ ਸੀ ਕਿ ਖੇਡ ਮੇਲਿਆਂ ਦੀ ਗੱਲ ਹੋ ਰਹੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਮੀਟਿੰਗ ਕੀਤੀ ਆ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਮੰਤਰੀ ਸਾਹਿਬ ਦੇ ਨਾਲ ਇੱਕ ਤਾਂ ਪੰਜਾਬ ਦੇ ਵਿੱਚ ਖੇਡ ਨੀਤੀ ਨੂੰ ਲੈ ਕੇ ਵੀ ਬੜੀ ਚਰਚਾ ਹੁੰਦੀ ਰਹੀ ਆ ਕਿ ਦੱਸੋ ਭਾਈ ਖੇਡ ਨੀਤੀ ਤੁਸੀਂ ਬਣਾ ਦਿਓ ਪਿਛਲੇ ਆਣੇ ਤਾਂ ਜੋ ਕੁਝ ਕੀਤਾ ਖਿਡਾਰੀ ਉਡੀਕਦੇ ਨੇ ਕਿ ਸਰਕਾਰ ਸਾਡੀ ਬਾਹ ਕਦੋਂ ਪੜੇਗੀ ਆਪਾਂ ਜੀ ਕੇਂਦਰ ਨਾਲ ਵੀ ਧਿਆਨ ਮਾਰਨੀ ਹੈ ਤੇ ਮੋਦੀ ਸਾਹਿਬ ਵੀ ਹੁਣ ਵਾਵਾ ਕਰ ਰਹੇ ਨੇ ਕਿ ਲੋ ਜੀ ਸਾਡੇ ਮੁਲਕ ਦੇ ਖਿਡਾਰੀਆਂ ਨੇ ਚੰਗੀਆਂ ਮੱਲਾ ਮਾਰੀਆਂ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਪਿੰਡਾਂ ਦੇ ਵਿੱਚ ਪਿੰਡੋਂ ਪਿੰਡੀ ਜਿਹੜੇ ਹੁਣ ਖੇਡ ਮੇਲੇ ਕਰਾ ਕੇ ਖਿਡਾਰੀਆਂ ਨੂੰ ਅੱਗੇ ਲੈ ਕੇ ਆਵਾਂਗੇ ਚੰਗੀ ਗੱਲ ਹੈ ਇੱਕ ਚੰਗਾ ਕਦਮ ਹੈ ਪਰ ਗੱਲ ਤਾਂ ਇਹ ਆ ਕਿ ਜਦੋਂ ਸਵਾਲ ਆਉਂਦਾ ਹੈ ਕਿ ਖਿਡਾਰੀਆਂ ਨੇ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਕੇ ਮੁਕਾਮ ਹਾਸਲ ਕੀਤਾ ਤਾਂ ਉੱਥੇ ਤੁਸੀਂ ਉਸ ਵੇਲੇ ਕਿੱਥੇ ਸੀ ਸੁਖਵਿੰਦਰ ਗੱਲ ਐਲਾਨ ਕਰਨ ਨਾਲ ਨਹੀਂ ਨਾ ਉਹੀ ਤੇ ਮੈਂ ਸਾਰੀ ਗੱਲ ਤਾਂ ਪਹਿਲਾਂ ਚਰਚਾ ਕਰਕੇ ਹਟਿਆ ਐਲਾਨ ਮੰਤਰੀ ਨਾ ਬਣੋ ਐਲਾਨ ਚੀਫ ਮਨਿਸਟਰ ਮੁੱਖ ਮੰਤਰੀ ਨਾ ਬਣੋ ਸਾਨੂੰ ਇਹ ਦੱਸੋ ਕਿ ਕਿੰਨੇ ਨੌਜਵਾਨ ਨਸ਼ਿਆਂ 'ਚ ਅਸੀਂ ਉਹਨਾਂ ਨੂੰ ਬਾਹਰ ਕੱਢਣਾ ਕਿੰਨੇ ਨੌਜਵਾਨ ਬੇਰੁਜ਼ਗਾਰ ਆ ਅਸੀਂ ਉਹਨਾਂ ਨੂੰ ਖੇਲਾਂ 'ਚ ਲੈ ਕੇ ਜਾਉਣਾ ਕਿਹੜੇ ਪਿੰਡਾਂ 'ਚ ਇਹ ਸਰਕਾਰ ਦਾ ਕੰਮ ਆ ਉਹਨਾਂ ਨੂੰ ਅੰਕੜੇ ਇਕੱਠੇ ਕਰਨੇ ਚਾਹੀਦੇ ਆ ਕਿ ਐ ਐ ਸਕੂਲਾਂ 'ਚ ਐ ਐ ਏਰੀਏ 'ਚ ਐਸ ਕਿਸਮ ਦੇ ਬੱਚੇ ਸਕੂਲਾਂ ਤੋਂ ਲਿਸਟਾਂ ਮੰਗਾਉਣ ਕਿ ਕਿਹੜੇ ਬੱਚੇ ਉਹਨਾਂ ਦੇ ਚੰਗੀਆਂ ਖੇਡਾਂ 'ਚ ਦਿਲਚਸਪੀ ਰੱਖਦੇ ਆ ਉਹ ਪਿੰਡਾਂ ਦੇ ਕਿੰਨੇ ਆ ਸ਼ਹਿਰਾਂ ਦੇ ਕਿੰਨੇ ਆ ਇਹ ਜਿਹੜਾ ਵਖਰੇਵਾ ਨਹੀਂ ਪਾਉਣਾ ਚਾਹੀਦਾ ਸ਼ਹਿਰਾਂ ਨੂੰ ਵੀ ਚਾਂਸ ਮਿਲਣਾ ਹੈ ਸ਼ਹਿਰਾਂ ਨੂੰ ਸ਼ਹਿਰਾਂ ਵਾਲੀਆਂ ਖੇਡਾਂ ਬੇ ਕਰੋ ਪਿੰਡਾਂ ਵਾਲਿਆਂ ਨੂੰ ਜਿਹੜੀਆਂ ਤਾਕਤ ਵਾਲੀਆਂ ਪਿੰਡਾਂ ਵਾਲੀਆਂ ਖੇਡਾਂ ਕਰੋ ਸਿਖਾਓ ਉਹ ਜਦੋਂ ਹੋ ਜੇ ਤੇ ਤੁਸੀਂ ਦੱਸੋ ਕਿ ਤੁਸੀਂ ਕਿੰਨੇ ਹਜ਼ਾਰ ਕਰੋੜ ਰੁਪਈਆ ਇੰਨਾਂ ਲਈ ਰੱਖ ਦਿੱਤਾ ਵੀ ਆ ਆ ਚੱਕੋ ਪੈਸੇ ਆ ਸਾਡੇ ਕੋਲ ਅੰਕੜੇ ਆਏ ਆ ਲਾ 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 ਕਰਾ ਦਿਓ ਇੱਥੇ ਆ ਗਰਾਊਂਡ ਬਣ ਰਹੀ ਆ ਐ ਇੱਥੇ ਇੰਨੀ ਗਰਾਊਂਡ ਹੋ ਰਹੀ ਆ ਇੱਥੇ ਤਰਫ ਬਣ ਰਹੀ ਆ ਹਾਕੀ ਲਈ ਇੱਥੇ ਫੁੱਟਬਾਲ ਦਾ ਹੋ ਰਿਹਾ ਆ ਆ ਜਮੀਨ ਅਸੀਂ ਪੰਚਾਇਤਾਂ ਤੋਂ ਲੈ ਲਈ ਐ ਇਸ ਕਿਸਮ ਦੀਆਂ ਗੱਲਾਂ ਹੁਣ ਤੇ ਸਾਡੀ ਹਿੰਮਤ ਪਈ ਤੇ ਸਾਨੂੰ ਭਰੋਸਾ ਬਣੇ ਵੀ ਹਾਂ ਤੁਸੀਂ ਇੱਕ ਮੀਟਿੰਗ ਕਰਦੇ ਆ ਹੁਣ ਜੀ ਅਸੀਂ ਆ ਪਾਲਿਸੀ ਲੈ ਆ ਪਹਿਲੀ ਭੁੱਲ ਜਾਂਦੇ ਹੁਣ ਜੀ ਅਸੀਂ ਆ ਕਰਨ ਲੱਗੇ ਆ ਨਾ ਕੁਝ ਵੀ ਹੋਣ ਨਾਲ ਚੁੱਪ ਕਰਕੇ ਬਹਿਣ ਨਾਲ ਉਹ ਤੇ ਕੁਝ ਬੋਲਦੇ ਰਹਿਣਾ ਚੰਗਾ ਪਰ ਜੇ ਬੋਲਦੇ ਹੀ ਰਹਿ ਗਏ ਤੱਲੇ ਕੋ ਜੋ ਹੋਇਆ ਹੀ ਨਾ ਤਾਂ ਫਿਰ ਉਹ ਵੀ ਇੱਕ ਡਿਜ਼ਾਸਟਰ ਹੀ ਹੈਗੀ ਆ ਸਾਨੂੰ ਗੱਲਾਂ ਨਹੀਂ ਚਾਹੀਦੀਆਂ ਤਰਾਤਲ ਤੇ ਕੰਮ ਚਾਹੀਦਾ ਇਹ ਨਾ ਹੋਵੇ ਕਿ ਜਿਸ ਤਰੀਕੇ ਨਾਲ ਕਲਦੀਪ ਕਲਦੀਪ ਸਿੰਘ ਢਾਲੀਵਾਲ ਉਹ ਨਹੀਂ ਕਾਫੀ ਮਿਹਨਤ ਕਰ ਰਿਹਾ ਕੁਛ ਕਹਿੰਦੇ ਜਮੀਨ 9000 ਏਕੜ ਉਹਨਾਂ ਨੇ ਛੜਾ ਵੀ ਲਈ ਆ 50000 ਏਕੜ ਛੜਾਉਣੀ ਆ ਮੈਨੂੰ ਨਹੀਂ ਲੱਗਦਾ ਕਿ ਉਹ 20 ਤੱਕ ਪਹੁੰਚਣਗੇ ਕਾਗਜ਼ਾਂ 'ਚ ਕਾਗਜ਼ਾਂ 'ਚ ਤਰਾਤਲ ਤੇ ਐਕਚੁਅਲੀ ਕਬਜ਼ੇ ਜਿਹੜੇ ਆ ਉਹ ਸਾਰੇ ਕਿਤੇ ਕੁਝ ਕੋਟਾਂ ਚ ਚਲੇ ਜਾਣੇ ਆ ਕੁਝ ਛੱਡਣੇ ਹੀ ਨਹੀਂ ਲੋਕਾਂ ਨੇ ਲਾਗੇ ਹੀ ਨਹੀਂ ਲਗਣ ਦੇਣਾ ਕੁਝ ਇਹਨਾਂ ਨੇ ਆ ਪਿੱਛੇ ਹਟ ਜਾਣਾ ਇਹ ਜਿਵੇਂ ਕੈਪਟਨ ਨੇ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰਨ ਕਰਨ ਦੇ ਨਾਂ ਦੇ ਉੱਤੇ 6000 ਕਰੋੜ ਤੇ ਟਿਕ ਗਏ ਸੀਗੇ 5 6 ਤੇ ਪਹੁੰਚੇ ਨਹੀਂ ਸੀ 5.5 ਤੱਕ ਹੀ ਉਹਨਾਂ ਦਾ ਥੱਕ ਗਏ ਸੀ ਗੋਡੇ ਸਾਨੂੰ ਉਮੀਦ ਸੀ ਕਿ 10000 ਕਰੋੜ ਜ਼ਰੂਰ ਦੇ ਦੇਣਗੇ ਉਹ ਦਿੱਤੇ ਨਹੀਂ ਇਹੀ ਹਾਲ ਸਾਰਾ ਹੋਣਾ ਖੇਡਾਂ ਵਾਲਾ ਬਹੁਤ ਚੰਗਾ ਫੈਸਲਾ ਤੇ ਮਾਨਸਿਕਤਾ ਬਹੁਤ ਚੰਗੀ ਹੈ ਮੈਂ ਖੁਦ ਚਾਹੁੰਨਾ ਕਿ ਹਰ ਪਿੰਡ ਦੇ ਵਿੱਚ ਜਿਮ ਹੋਣਾ ਚਾਹੀਦਾ ਜੇ ਮੈਨੂੰ ਪੁੱਛਣ ਤੇ ਮੈਂ ਇਹਨਾਂ ਨੂੰ ਆਈਡੀਆ ਵੀ ਦੇ ਦੇਣਾ ਤੁਹਾਡੇ ਲਈ ਤੁਹਾਡੇ ਕੋਲ ਇੱਕ ਬਹੁਤ ਤਕੜੀ ਸੰਸਥਾਨ ਹੈ ਜਿੱਥੇ ਪਿੰਡਾਂ ਦੇ ਵਿੱਚ ਸਮੁੱਚੇ ਪਿੰਡਾਂ ਦਾ ਭਰੋਸਾ ਭਾਵੇਂ ਉਹ ਕਿਸੇ ਵੀ ਜਾਤ ਦਾ ਹੋਵੇ ਉਹ ਹੈਗਾ ਗੁਰਦੁਆਰਾ ਗੁਰਦੁਆਰੇ ਦੇ ਵਿੱਚ ਲੰਗਰ ਪੱਕਦਾ ਹੀ ਪੱਕਦਾ ਉੱਥੇ ਉਹਨਾਂ ਨੂੰ ਚੰਗੀ ਡਾਈਟ ਦਾ ਹੋਰ ਦਾ ਸਾਰਾ ਲੋਕਾਂ ਦੀ ਸ਼ਰਧਾ ਦੀ ਸ਼ਰਧਾ ਉੱਥੇ ਤੁਸੀਂ ਉਹਨਾਂ ਦਾ ਇੰਤਜ਼ਾਮ ਕਰੋ ਨਾਲ ਹਰ ਗੁਰਦੁਆਰੇ ਦੇ ਥੋੜੀ ਜਮੀਨ ਦੇ ਕੇ ਇੱਕ ਬੈਠ ਕੇ ਲਾਇਬ੍ਰੇਰੀ ਬਣਵਾਓ ਹਰ ਗੁਰਦੁਆਰੇ ਦੇ ਨਾਲ ਇੱਕ ਤੁਸੀਂ ਚਰਚਾ ਦਾ ਜਗ੍ਹਾ ਬਣਾਓ ਕਿ ਜਿੱਥੇ ਬੱਚੇ ਬੈਠ ਕੇ ਸ਼ਾਮ ਨੂੰ ਗੱਲਬਾਤ ਕਰ ਸਕਣ ਅਖਬਾਰਾਂ ਆਉਣ ਉੱਥੇ ਚਰਚਾ ਹੋਵੇ ਨਾਲ ਹੀ ਇੱਕ ਜਿੰਮ ਹੋਵੇ ਜਿੰਮ ਵਿੱਚ ਕਿੱਡੀ ਜਗ੍ਹਾ ਚਾਹੀਦੀ ਇੱਕ ਕਮਰਾ ਚਾਹੀਦਾ ਉੱਥੇ ਡੰਡ ਬੈਠਕਾਂ ਹੋਰ ਸਾਰੀਆਂ ਹੋ ਰਹੀਆਂ ਇਹ ਤੇ ਰਾਮ ਉਹਦੇ ਚ ਅੱਧਾ ਕੰਮ ਤੇ ਪੰਚਾਇਤਾਂ ਕਰ ਦੇਣਗੀਆਂ ਅੱਧਾ ਕੰਮ ਤੁਹਾਨੂੰ ਐਨਆਰਆਈ ਪੈਸਾ ਦੇ ਦੇਣਗੇ ਉਹ ਕਹਿੰਗੇ ਯਾਰ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਛਡਾ ਕੇ ਲੱਗੇ ਆ ਤੁਹਾਡੇ ਕੋਲ ਤੁਸੀਂ ਜਿਹੜਾ ਪਹਿਲਾਂ ਹੀ ਇਨਫਰਾਸਟ੍ਰਕਚਰ ਜਿਹਨੂੰ ਕਹਿੰਦੇ ਆ ਥੱਲੇ ਸਾਰੇ ਪਿਆ ਹੋਇਆ ਉਹ ਸਦਾ ਤੁਸੀਂ ਚੰਗਾ ਚੰਗੀ ਵਰਤੋਂ ਕਰਕੇ ਕਿਵੇਂ ਪੰਜਾਬ ਨੂੰ ਬਚਾਉਣਾ ਉਹ ਥੋੜਾ ਜਿਹਾ ਇਹਨੂੰ ਇਸਤੇਮਾਲ ਕਰੋ ਬਹੁਤ ਦੂਰ ਤੱਕ ਇਸ ਤਰ੍ਹਾਂ ਸਕੂਲ ਹੈ ਹਰ ਪਿੰਡ ਦੇ ਨੇੜੇ ਤੇੜੇ ਸਕੂਲ ਹੈਗਾ ਸਕੂਲਾਂ ਦੀਆਂ ਜ਼ਮੀਨਾਂ ਵੀ ਹੈਗੀਆਂ ਉਸ ਸਥਾਨ ਨੂੰ ਵੀ ਤੁਸੀਂ ਖੇਡਾਂ ਲਈ ਕਾਫੀ ਵੱਡੇ ਪੱਧਰ ਤੇ ਵਰਤ ਸਕਦੇ ਸਵਾਲ ਇਹ ਆ ਵੀ ਡੁੱਬੀ ਤੇ ਤਾਂ ਜੇ ਸਾਹ ਨਾ ਆਇਆ ਵੀ ਜੇ ਪੈਸਾ ਹੀ ਕੁਛ ਨਹੀਂ ਹੈ ਨਾ ਹੈ ਨਾ ਹੈ ਨਾ ਪਿਛਲੇ ਕਰਦੇ ਚਲੇ ਗਏ ਹੈ ਨਾ ਹੈ ਨਾ ਹੈ ਨਾ ਕਰਦੇ ਤੁਸੀਂ ਚਲੇ ਜਾਓਗੇ ਫੇਰ ਇਹ ਹਵਾਏ ਪਤੰਗਾ ਡਾਉਣ ਦਾ ਕੋਈ ਫਾਇਦਾ ਨਹੀਂ ਬਰਸਾਤ ਹੋ ਰਹੀ ਆ ਗਿੱਲੀਆਂ ਹੋ ਕੇ ਥੱਲੇ ਡਿੱਗ ਪੈਣਗੀਆਂ ਮਾੜਾ ਬੋਟਾ ਜਿਹੜੇ ਫਾਲਤੂ ਦੇ ਖਰਚੇ ਨੇ ਉਹ ਰੋਕ ਕੇ ਸਤਿਹਾਰਬਾਜ਼ੀ ਹੋ ਗਈ ਜੇ ਹੋਰ ਖਰਚੇ ਹੋ ਗਏ ਉਹ ਰੋਕ ਕੇ ਸਰਕਾਰ ਜੇ ਕਿਤੇ ਪਿੰਡੋਂ ਪਿੰਡੀ ਕੋਚ ਲਾਵੇ ਸ਼ਹਿਰਾਂ ਦੇ ਵਿੱਚ ਕੋਚ ਤਾਂ ਜਿਸ ਤਰੀਕੇ ਨਾਲ ਅਕੈਡਮੀ ਚੱਲ ਰਹੀਆਂ ਮੈਂ ਇੱਥੇ ਪਟਿਆਲੇ ਦੇਖਿਆ ਸਾਡੇ ਮਲਟੀਪਰਪਸ ਸਕੂਲ ਦੇ ਵਿੱਚ ਬੌਕਸਿੰਗ ਅਕੈਡਮੀ ਚੱਲਦੀ ਹੈ ਇਹੋ ਜਿਹਾ ਉਪਰਾਲੇ ਕਰਦੇ ਨੇ ਫਿਰ ਮਾਪਿਆਂ ਨੂੰ ਵੀ ਥੋੜਾ ਜਿਹਾ ਸਾਹ ਹੋ ਜਾਏਗਾ ਵੀ ਚਲੋ ਸਾਡਾ ਪੁੱਤ ਖੇਡਣ ਲੱਗ ਗਿਆ ਖੇਡਾਂ ਤੋਂ ਬਾਅਦ ਜੇ ਵਧੀਆ ਨਿਕਲੇ ਤਾਂ ਖੇਡਾਂ ਦੇ ਕੋਟੇ ਦੇ ਵਿੱਚ ਨੌਕਰੀ ਵੀ ਮਿਲ ਜੇਗੀ ਫਿਰ ਬਾਅਦ ਵਿੱਚ ਜਿੰਦਗੀ ਹੋਰ ਜਾਂ ਤਾਂ ਮਾਪਿਓ ਆਪਣੇ ਆਪ ਤੁਹਾਨੂੰ ਸਹਿਯੋਗ ਦੇਣਗੇ ਕਿ ਲਓ ਜੀ ਸਾਡੇ ਬੱਚਿਆਂ ਦੇ ਲਈ ਵੜਾਓ ਉਹ ਕੋਚ ਸਾਹਿਬ ਵੀ ਜਿਹੜੇ ਉਹ ਟ੍ਰੇਨਿੰਗ ਵੀ ਹੋਣੀ ਚਾਹੀਦੀ ਆ ਇਹਨਾ ਹੋਵੇ ਕਿ ਤੇ ਜਿਮ ਖੋਲ ਕੇ ਦੇ ਦੇਣ ਤੇ ਮੁੜ ਕੇ ਫਿਰ ਉੱਥੇ ਕੋਈ ਪਲੇਟਾ ਚੁੱਕਦਾ ਫਿਰ ਤੇ ਕੋਈ ਕੁਝ ਕਰਦਾ ਫਿਰੇ ਮੈਂ ਪ੍ਰੋਫੈਸਰ ਸਾਹਿਬ ਆਖਰੀ ਸਵਾਲ ਹੁਣ ਕਰਨ ਲੱਗਿਆ ਇਹ ਸਵਾਲ ਆ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ 75 ਬਰੇ ਜਿਹੜੇ ਆਜ਼ਾਦੀ ਦੇ ਉਮਰ ਆਏ ਜਾਣੇ ਨੇ ਇਹ ਸਾਰੀਆਂ ਪਾਰਟੀਆਂ ਦੀ ਜਿਹੜੀ ਮਾਨਸਿਕਤਾ ਹੈ ਮੋਦੀ ਸਾਹਿਬ ਕਹਿੰਦੇ ਕਿ ਆਪਣੀ ਆਪਣੀ ਤੁਸੀਂ ਜਿਹੜੀ ਆ ਉਹ ਫੇਸਬੁੱਕ ਜਾਂ ਜਿੱਥੇ ਵੀ ਸੋਸ਼ਲ ਮੀਡੀਆ ਤੇ ਆਪਣੀ ਡੀਪੀ ਲਾਓ ਭਾਰਤ ਦਾ ਤਿਰੰਗਾ ਲਾਓ ਤੁਸੀਂ ਕਾਂਗਰਸ ਨੇ ਕੀ ਕੀਤਾ ਕਿ ਜਵਾਹਰ ਲਾਲ ਨਹਿਰੂ ਹੋਰਾਂ ਨੇ ਹੱਥ 'ਚ ਤਿਰੰਗਾ ਫੜਿਆ ਉਹਨਾਂ ਦੇ ਨਾਲ ਉਹ ਫੋਟੋ ਉਹਨਾਂ ਨੇ ਆਪਣੇ ਆਪਣੇ ਉੱਤੇ ਲਾਤੀ ਕਿ ਸਾਡਾ ਤਾਂ ਜੀ ਇਹ ਇਸ ਤਰੀਕੇ ਨਾਲ ਅਸੀਂ ਆਪਣੇ ਵੱਲੋਂ ਅੰਮ੍ਰਿਤ ਮਹੋਤਸਵ ਮਨਾ ਰਹੇ ਆ ਕੇਜਰੀਵਾਲ ਸਾਹਿਬ ਕਹਿੰਦੇ ਕਿ ਸਾਡੇ ਤੋਂ ਵੱਡਾ ਦੇਸ਼ ਭਗਤੀ ਦਾ ਪਾਠ ਕੋਈ ਨਹੀਂ ਪੜ੍ਹਾ ਸਕਦਾ ਬਰਗਾੜੀ ਵਾਲੇ ਜਿਹੜੇ ਸਿੱਖ ਜਥੇਬੰਦੀਆਂ ਉਹ ਕਹਿੰਦੇ ਕਿ 15 ਅਗਸਤ ਨੂੰ ਆਪੋ ਆਪਣੇ ਘਰਾਂ ਦੇ ਉੱਤੇ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਚਲਾਓ ਇਹ ਕਹਿੰਦੇ ਕਿ 15 ਅਗਸਤ ਨੂੰ ਤੁਸੀਂ ਤਿਰੰਗਾ ਚਲਾਓ ਤੇ ਲੋਕਾਂ ਦੇ ਮੂੰਹ ਵੱਲ ਦੇਖੀਏ ਜਿਹੜੇ ਵਿਚਾਰੇ ਜਿਵੇਂ ਆਪਾਂ ਗੱਲ ਕਰਦੇ ਆ ਕਿ ਗਰੀਬ ਨੇ ਜਿਹੜੇ ਜਿਨ੍ਹਾਂ ਨੂੰ ਭੁੱਖਮਰੀ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ ਜੀਐਸਟੀ ਲੱਗ ਗਿਆ ਮਹਿੰਗਾਈ ਵਧ ਗਈ ਸਿਲੰਡਰ ਦੇ ਰੇਟ ਵਧ ਗਏ ਉਹ ਕਹਿੰਦੇ ਸਰਕਾਰ ਜੀ ਤੁਸੀਂ ਸਾਡੇ ਢਿੱਡ ਦਾ ਖਿਆਲ ਰੱਖੋ ਬਾਕੀ ਕੰਮ ਅਸੀਂ ਆਪਣੇ ਆਪ ਕਰ ਲਾਂਗੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਅਸੀਂ ਆਪੇ ਕਵਾਂਗੇ ਕਿ ਭਾਰਤ ਮਾਤਾ ਕੀ ਜੈ ਮੈਂ ਇਹ ਅਖੀਰ ਦੇ ਵਿੱਚ ਜਿਹੜਾ ਤੁਸੀਂ ਸਵਾਲ ਰੱਖਿਆ ਹੈ ਮਾਂ ਸਬਦਾ ਮिन्नੂ ਤੇ ਡਰ ਉਲਟਾ ਲਾ ਕਰਿਆ ਹਾਂ ਕਿ ਜੇ ਆਪਾਂ ਸੰਵਿਧਾਨ ਬਚਾ ਲਈਏ ਤੇ ਅਸੀਂ ਲੋਕਤੰਤਰ ਬਚਾ ਲਈਏ 75ਵੀਂ ਜਿਹੜੀ ਬਰੇ ਗਾਂਢਿਆ ਤੇ ਇਹੀ ਸਾਡੇ ਲਈ ਅਮਰਤ ਆ। ਨਹੀਂ ਤੇ ਜੋ ਜਿਸ ਤਰੀਕੇ ਦਾ ਮੈਨੂੰ ਦਿਖ ਰਿਹਾ ਕਿ ਵਿਰੋਧੀ ਪਾਰਟੀਆਂ ਨੂੰ ਖੰਡਾਰਨਾ ਕੋਈ ਵਿਰੋਧੀ ਪਾਰਟੀਆਂ ਦੁੱਧੀਆਂ ਥੋਥੀਆਂ ਨਹੀਂ ਹੈ। ਪਰ ਵਿਰੋਧੀਆਂ ਨੂੰ ਤੁਸੀਂ ਬਿਲਕੁਲ ਈਡੀ ਤੇ ਹੋਰ ਸਾਰਾ ਕੁਝ ਪਿੱਛੇ ਪਾ ਕੇ ਖੇਰੂ-ਖੇਰੂ ਕਰਨਾ ਤੇ ਆਪਣੇ ਸਾਰਿਆਂ ਨੂੰ ਪਲੋਸ ਕੇ ਰੱਖਣਾ ਵੀ ਹੋਰ ਜਿੰਨਾ ਲੁੱਟਣਾ ਲੁੱਟ ਲੋ। ਤੇ ਅੰਦਰ ਤੇ ਆਏ ਬੀਜਪੀ ਦੇ ਅੰਮ੍ਰਿਤ ਦੀ ਧਾਰਾ ਵਾਗਰੀ ਉਹ ਚਨਾ ਨਾ ਆ ਕੇ ਚ ਕੰਮ ਹੀ ਜਿਹੜੇ ਆ ਉਹ ਬਗਲੇ ਬਣੀ ਜਾਂਦੇ ਆ ਇਸ ਤਰ੍ਹਾਂ ਤੇ ਨਹੀਂ ਨਾ ਹੈਗਾ ਜੇ ਤੁਸੀਂ ਸੱਚੀ ਮੁੱਚੀ ਕੁਝ ਨਵਾਂ ਕਰਨਾ ਤਾਂ ਜੋ ਪਹਿਲਾਂ ਹੋਇਆ 50ਵਿਆਂ ਚ 60ਵਿਆਂ ਦੇ ਵਿੱਚ ਉਸੇ ਨੂੰ ਅੱਗੇ ਤੋਰ ਕੇ ਕਿਤੇ ਲੈ ਜਾਓ ਹਾਲਤ ਤੇ ਦੇਸ਼ ਦੀ ਬਤ ਤੁ ਬੱਤਰ ਹੁੰਦੀ ਜਾ ਰਹੀ ਹੈ ਉਹਦੇ ਚ ਕੀ ਆਪਾਂ ਕੀ ਸੁਨੇਹਾ ਦੇਣਾ ਝੰਡੇ ਲਾਉਣ ਦੇ ਨਾਲ ਇੰਨਾ ਤੁਸੀਂ ਖਰਚਾ ਕਰਨਾ ਐਨੇ ਬਿੱਲ ਬਣ ਜਾਣੇ ਐਨਾ ਖਜ਼ਾਨਾ ਖਾਲੀ ਹੋਊਗਾ ਕੋਈ ਕੁਝ ਪੁਲਿਸ ਵਾਲੇ ਝੰਡੇ ਲਾ ਕੇ ਆ ਕੁਝ ਖਾਸ ਤੁਸੀਂ ਕੁਝ ਆਪਣੀ ਮਹਿਮਾ ਕਰਵਾ ਲੋਗੇ ਸਾਰੀ ਜਗ੍ਹਾ ਉਹੀ ਹੁਣ ਆਮ ਆਮ ਜਿਹੜਾ ਬਜ਼ੁਰਗ ਗਿਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਗਿਆਨ ਸਿੰਘ ਪ੍ਰੋਫੈਸਰ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਇਕਨੋਮਿਕ ਦੇ ਪ੍ਰੋਫੈਸਰ ਉਹਨਾਂ ਨੇ ਮਨਰੇਗਾ ਦੀਆਂ ਔਰਤਾਂ ਤੇ ਸਰਵੇ ਕੀਤਾ ਔਰ ਬਜ਼ੁਰਗਾਂ ਨੂੰ ਉਹਨਾਂ ਔਰਤਾਂ ਨੂੰ ਪਿੰਡਾਂ 'ਚ ਜਾ ਕੇ ਪੁੱਛਿਆ ਵੀ ਤੁਹਾਡਾ ਚੀ ਮੰਤਰੀ ਮੁੱਖ ਮੰਤਰੀ ਕੌਣ ਆ 80% ਨੂੰ ਪਤਾ ਨਹੀਂ ਤੁਹਾਡਾ ਮੁੱਖ ਮੰਤਰੀ ਕੌਣ ਆ ਤੁਸੀਂ ਕਹਿੰਦੇ ਆ ਕਿ ਉਹ ਝੰਡੇ ਲੈ ਕੇ ਆਪਣੇ ਕੋਠਿਆਂ ਤੇ ਤੁਰੀਆਂ ਫਿਰਨ ਮਨਰੇਗਾ ਦੇ ਤੁਸੀਂ ਪੈਸੇ ਨਹੀਂ ਦਿੰਦੇ ਉਹਨਾਂ ਨੂੰ ਪੜਾਇਆ ਨਹੀਂ ਲਿਖਾਇਆ ਨਹੀਂ ਕਿਹੜਾ ਅੱਜ ਵੀ ਚੌਥਾ ਹਿੱਸਾ ਜਿਹੜਾ ਤੁਹਾਡਾ ਦੇਸ਼ ਦਾ ਅਨਪੜ ਪੜਦਾ ਇਲ ਦਾ ਨਾ ਕੋ ਕੋ ਨਹੀਂ ਜਾਣਦਾ ਚੌਥਾ ਹਿੱਸਾ ਦੇਸ਼ ਦਾ ਜਣੀ ਤਕਰੀਬਨ 30 ਕਰੋੜ ਦੇ ਭੁਖ ਮਰੀ ਦੇ ਸ਼ਿਕਾਰ ਹੈਗੇ ਆ 43% ਬਸੇ ਕਪੂਸਨ ਦਾ ਸ਼ਿਕਾਰ ਹੈਗੇ ਆ ਉਹਨਾਂ ਨੂੰ ਪੂਰੀ ਖਾਣ ਨੂੰ ਨਹੀਂ ਮਿਲਦਾ ਕਿਹੜਾ ਅਮਰਤ ਵਗ ਰਿਹਾ ਜਿਹੜਾ ਤੁਸੀਂ ਲੋਕਾਂ ਨੂੰ ਪਿਉਣਾ ਚਾਹੁੰਦੇ ਆ 75ਵੇਂ ਸਾਲ ਦੇ ਉੱਤੇ ਔਰ ਦੇਸ਼ ਦੀ ਰਾਜਨੀਤਿਕ ਸੰਸਥਾਨਾਂ ਨੂੰ ਜਿੰਨਾ ਖਤਰਾ ਅੱਜ ਆਉ ਕਦੀ ਸੀਗਾ ਹੀ ਨਹੀਂ ਹਰ ਜਗ੍ਹਾ ਦੇ ਉੱਤੇ ਰਾਜਨੀਤਿਕ ਲੋਕਾਂ ਨੇ ਆਪਣੇ ਕਬਜ਼ੇ ਕਰ ਲਏ ਆ ਜਿੱਥੇ ਸਾਡੀ ਆਰਮੀ ਏਡੀ ਤਕੜੀ ਹੁੰਦੀ ਸੀਗੀ ਉੱਥੇ ਆ ਅਗਨੀ ਪਾਤ ਦਾ ਕੰਮ ਸ਼ੁਰੂ ਆ ਹੁਣ ਕਿਸਾਨਾਂ ਨੇ ਉਹ ਵੀ ਡੰਡਾ ਚੱਕ ਲਿਆ ਕਹਿੰਦੇ ਅਸੀਂ ਸੱਤ ਤੋਂ 14 ਤੱਕ ਲੋਕ ਜਾ ਕੇ ਜਾਰੀ ਜਗਾ ਮੀਟਿੰਗ ਕਰਾਂਗੇ 16 ਨੂੰ ਅਸੀਂ ਸਾਰੇ ਅਗਨੀ ਪੱਥ ਦੇ ਵਿਰੁੱਧ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪ੍ਰੋਟੈਸਟ ਕਰਾਂਗੇ ਇਹ ਉਹਨਾਂ ਦਾ ਬਿਆਨ ਕਿਸਾਨਾਂ ਦਾ ਸੰਯੁਕਤ ਕਿਸਾਨ ਮੋਰਚੇ ਦਾ ਪੰਜਾਬ ਵਾਲਿਆਂ ਦਾ ਆ ਗਿਆ ਜੀ ਮੈਨੂੰ ਇੱਕ ਸੀਨੀਅਰ 85 ਸਾਲ ਦੇ ਬਜ਼ੁਰਗ ਇਹ ਜੋ ਆਰਮੀ ਜੋ ਰਿਟਾਇਰ ਹੋਏ ਬੰਦੇ ਦਾ ਫੋਨ ਆਇਆ ਇਥੇ ਉਹਨਾਂ ਨੇ ਬੜਾ ਹੀ ਦੁੱਖ ਰੋਇਆ ਕਹਿੰਦਾ ਤੁਹਾਨੂੰ ਜਿਹੜੀ ਆਰਮੀ ਇਹ ਹੁਣ ਅਗਨੀ ਪਾਥ ਲਾਗੂ ਕਰਨ ਲੱਗੇ ਆ ਇਹ ਇੰਨੀ ਕਮਜ਼ੋਰ ਹੋ ਜੂਗੀ ਕਿ ਦੁਸ਼ਮਣ ਨੂੰ ਗੋਲੀ ਚਲਾਉਣ ਦੀ ਲੋੜ ਨਹੀਂ ਉਹ ਡਾਂਗਾ ਨਾਲ ਹੀ ਸਾਡੀ ਫੌਜ ਨੂੰ ਕੁੱਟ ਦੇਣਗੇ ਇੰਨੀ ਕਮਜ਼ੋਰ ਇਹ ਜਾਣੀ ਉਹਨਾਂ ਦੀਆਂ ਭਾਵਨਾਵਾਂ ਆ ਇਹ ਕਿਹੜਿਆ ਆਪਾਂ ਜੇ ਡਿਫੈਂਸ ਨੂੰ ਕਮਜ਼ੋਰ ਕਰ ਰਹੇ ਆ ਜੇ ਅਸੀਂ ਨੌਕਰੀਆਂ ਨਹੀਂ ਦਿੰਦੇ ਏਡੀ ਵੱਡੀ ਬੇਰਜ਼ਗਾਰੀ ਪਿਛਲੇ 50 ਸਾਲਾਂ ਤੋਂ ਸਭ ਤੋਂ ਚਰਮ ਸੀਮਾ ਦੇ ਦਿੱਤੀ ਹੈਗੀ ਆ ਭੁਖ ਮਰੀ ਹੈਗੀ ਆ ਸਿਰ ਤੇ ਛੱਤ ਨਹੀਂ ਹੈਗੀ ਗੱਪਾਂ ਨਾਲ ਛੱਤ ਅਸੀਂ ਲਾਤੀ ਉਹਦੇ 'ਚ ਗੈਸ ਵੀ ਲਾਤੀ ਉਹਦੇ 'ਚ ਹਾਂ LED ਬਲਬ ਵੀ ਲਾਇਆ ਪ੍ਰਧਾਨ ਨਗਰੀ ਨੇ ਕਿੰਨੇ ਨਾਲ ਮੈਂ ਬਲਬ ਵੀ ਲਾਉਂ ਕਿਤੇ ਨੇਰੇ 'ਚ ਨਾ ਬੈਠੇ ਰਹੋ ਤੇ ਇਹ ਸਾਰੀਆਂ ਗਬੌੜ ਸੰਖ ਜਿਹੜੇ ਆ ਤੁਸੀਂ ਆਪਣੀ ਮਹਿਮਾ ਕਰ ਰਹੇ ਆ ਦੇਸ਼ ਦੇ ਅੰਦਰ ਇੱਕ ਦੇਸ਼ ਭਗਤੀ ਦਾ ਮਾਦੇ ਨੂੰ ਜਿਹੜੇ ਹਵਾ ਦੇ ਕੇ ਕਿਉਂਨੇ ਆ ਤੁਸੀਂ ਕਿ ਲੋਕੀਏ ਇੱਕ ਭਾਵਕ ਹੋ ਕੇ ਪਾਰਟੀ ਦੇ ਨਾਲ ਜੁੜਨ ਔਰ ਇਸ ਦਾ ਮੈਨੂੰ ਡਰ ਲਗਾਤਾਰ ਇਹ ਲੱਗਦਾ ਕਿ ਜਿਹੜੀ ਘੱਟ ਗਿਣਤੀ ਤੇ ਬਹੁਤ ਗਿਣਤੀ ਦਾ ਆਲਰੇਡੀ ਪਹਿਲੇ ਫ੍ਰਿਕਸ਼ਨ ਪੈਦਾ ਹੋਈ ਆ ਉਹਨਾਂ ਦੀ ਉਹਨਾਂ ਦੇ ਵਿੱਚ ਆਪਸ ਵਿੱਚ ਇੱਕ 파ੜਾ ਪੈਦਾ ਹੋਇਆ ਇਹੋ ਜਿਹੀਆਂ ਹੋਰ ਗੱਲਾਂ ਦੇ ਨਾਲ ਕੋਈ ਉਹ ਹੋਰ ਤਿੱਖਾ ਨਾ ਹੋ ਜਾਏ ਕੋਈ ਉਧਰ ਨੂੰ ਨਾ ਗੱਲ ਚੱਲੇ ਮੈਨੂੰ ਤੇ ਇਸ ਗੱਲ ਦਾ ਖਤਰਾ ਇਹੀ ਮਹਾਉਤਸਵ ਹੋਊ 75 ਸਾਲ ਦਾ ਤੁਸੀਂ ਲਾ ਲਿਓ ਨਹੀਂ ਤੇ ਤੁਹਾਡਾ ਚੈਨਲ ਨਾ ਬੰਦ ਕਰ ਦੇਣ ਪਿੱਛੇ ਲਾ ਦਿਓ ਲੋਗੋ ਇੱਕ ਹੈਨਾ ਉਹ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਕਿਉਂਕਿ ਦੇਖੋ ਜਦੋਂ ਅਸੀਂ ਨਾਲਿਆਂ ਤੇ ਸਾਰਿਆਂ ਦੇ ਵਿੱਚੇ ਜਿੱੜਦੇ ਚੱਲਣਾ ਪਊਗਾ ਪਰ ਜੋ ਅਸਲੀਅਤ ਹੈ ਉਹ ਸਾਨੂੰ ਕਹਿਣ ਲਈ ਕੋਈ ਜੇ ਜੇਲ੍ਹ 'ਚ ਵੀ ਜਾਂਦਾ ਜੇ ਤੁਹਾਡੇ ਚੈਨਲ ਬੰਦ ਵੀ ਕਰਦੇ ਆ ਤੇ ਸਾਨੂੰ ਉਸ ਤੋਂ ਡਰਨਾ ਨਹੀਂ ਚਾਹੀਦਾ ਹੈ ਉਹਨੇ ਲਈ ਤਿਆਰ ਰਹਿਣਾ ਚਾਹੀਦਾ ਕਿਉਂਕਿ ਅਸੀਂ ਅਸਲ ਮਾਨਿਆਂ ਚ ਦੇਸ਼ ਭਗਤੀ ਤੇ ਦੇਸ਼ ਹਿੱਤ ਦੇ ਤੇ ਆਮ ਇਥੋਂ ਦੀ ਲੋਕਤੰਤਰ ਦੇ ਹਿੱਤ ਚ ਗੱਲਾਂ ਕਰ ਰਹੇ ਆ ਨਾ ਕਿ ਸਾਡਾ ਕੋਈ ਨਿੱਜੀ ਸਵਾਰਥ ਹੈਗਾ ਨਾ ਕੋਈ ਨਾ ਕੋਈ ਸਾਡੀ ਰਾਜਨੀਤੀ ਹੈਗੀ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਜੀ ਮੰਦਰ ਜੀ ਤੁਹਾਡਾ ਤੁਹਾਡੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਮੌਜੂਦ ਸਨਗੇ ਸਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਤੇ ਚਰਚਾ ਕੀਤੀ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਫੋਲੋ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ